जस टीवी वेख रहे दर्शकों का स्वागत है, मैं हाँ गगनदीप चौहान। तुसीं वेख रहे हो टू द पॉइंट। तेल की कीमतां जिहड़ियां ने उह सिखरां छू रहियां ने, नवां रिकॉर्ड जिहड़ा हैगा उह बन चुका है, 100 रुपए के पार जिहड़ा हैगा उह कीमतां जा चुकिया ने। रसोई घर का सिलेंडर जिहड़ा हैगा उह भी महंगा हुंदा जा रहा है। जिहड़े लोग सबसिडी लै रहे सीगे उहनां नूं भी हुण इह लगदा है कि उह सबसिडी लाई क्यों रहे ने, क्योंकि 7-8 रुपए सबसिडी जिहड़ी हैगी उह इस वेले खातिआं विच आ रही है ते इह भी लगातार घटदी जा रही है। सवाल इक्को हैगा टू द पॉइंट दे विच, महंगाई दी मार आखिर की कर रही है सरकार। ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ, ਸਵਾਲ ਇੱਕੋ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਤੇਲ ਤੋਂ ਗੈਸ ਤੱਕ ਦੀਆਂ ਵਧੀਆਂ ਕੀਮਤਾਂ ਦੇ ਪਿੱਛੇ ਅਸਲ ਖੇਡ ਜਿਹੜਾ ਹੈਗਾ ਉਹ ਹੈ ਕੀ, ਅਸਲੀ ਖੇਡ ਕੀ ਹੈ। ਸਿਆਸਤ ਜਿਹੜੀ ਹੈਗੀ ਇੱਕ ਦੂਜੇ ਤੇ ਇਲਜ਼ਾਮ ਲਾਉਂਦੀ ਹੈ ਕਿ ਸਾਡੇ ਰਾਜ ਵਿੱਚ ਨਹੀਂ ਹੋਇਆ ਤਾਂ ਪਹਿਲਾਂ ਤੋਂ ਚੱਲਿਆ ਆ ਰਿਹਾ, ਤਾਂ 70 ਸਾਲਾਂ ਵਿੱਚ ਕੁਝ ਨਹੀਂ ਹੋਇਆ। ਪਹਿਲਾਂ ਇਹ ਕਿਹਾ ਜਾਂਦਾ ਸੀਗਾ 2014 ਦੇ ਵਿੱਚ ਕਿ ਬਹੁਤ ਹੋਈ ਮਹਿੰਗਾਈ ਕੀ ਮਾਰ, ਬਹੁਤ ਹੋਈ ਪੈਟਰੋਲ ਡੀਜ਼ਲ ਕੀ ਮਾਰ, ਅਬ ਕੀ ਬਾਰ ਮੋਦੀ ਸਰਕਾਰ। ਇਹ ਵੀ ਨਾਰੇ ਜਿਹੜੇ ਸੀਗੇ ਉਹ ਦਿੱਤੇ ਜਾਂਦੇ ਸੀ। ਇਹ ਜੁਮਲੇ ਜਿਹੜੇ ਹੈਗੇ ਉਹ ਕਿੰਨੇ ਸੱਚ ਸੀਗੇ, ਜਾਂ ਜੁਮਲੇ ਹੀ ਸੀਗੇ, ਜਾਂ ਹੁਣ ਜਿਹੜਾ ਕਿਹਾ ਜਾ ਰਿਹਾ ਉਹ ਜੁਮਲੇ ਨੇ, ਜਾਂ ਪਹਿਲਾਂ ਜੋ ਕਿਹਾ ਜਾ ਰਿਹਾ ਸੀ ਉਹ ਜੁਮਲੇ ਸੀ, ਇਸ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਖਾਸ ਪੈਨਲ ਸਾਡੇ ਨਾਲ ਮੌਜੂਦ ਹੈ, ਉਸ ਨਾਲ ਤੁਹਾਡਾ ਤਾਰੁਫ ਕਰਵਾ ਦਿੰਦੇ ਹਾਂ। ਰਾਜੀਵ ਖੋਸਲਾ ਸਾਹਿਬ ਇਕਨੋਮਿਸਟ ਨੇ ਸਾਡੇ ਨਾਲ ਮੌਜੂਦ ਨੇ। ਖੋਸਲਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਚਰਚਾ ਦੇ ਵਿੱਚ। ਵਸੀਮ ਰਾਜਾ ਸਾਹਿਬ ਬੀਜੇਪੀ ਤੋਂ ਸਾਡੇ ਨਾਲ ਮੌਜੂਦ ਨੇ। ਵਸੀਮ ਰਾਜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਚਰਚਾ ਦੇ ਵਿੱਚ। ਕੇਵਲ ਟਿੰਗਰਾ ਸਾਹਿਬ ਕਾਂਗਰਸ ਤੋਂ ਸਾਡੇ ਨਾਲ ਮੌਜੂਦ ਨੇ। ਕੇਵਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਚਰਚਾ ਦੇ ਵਿੱਚ। ਤੇ ਰਾਜੀਵ ਗੁਦਾਰਾ ਸਾਹਿਬ ਸਵਰਾਜ ਇੰਡੀਆ ਤੋਂ ਸਾਡੇ ਨਾਲ ਮੌਜੂਦ ਨੇ, ਕਿਸਾਨਾਂ ਦਾ ਪੱਖ ਰੱਖਣ ਦੇ ਲਈ। ਗੁਦਾਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਚਰਚਾ ਦੇ ਵਿੱਚ। ਸਭ ਤੋਂ ਪਹਿਲਾਂ ਵਸੀਮ ਰਾਜਾ ਸਾਹਿਬ 2014 ਵਿੱਚ ਕਹਿੰਦੇ ਸੀ ਪੈਟਰੋਲ ਡੀਜ਼ਲ ਕੀ ਮਾਰ, ਬਹੁਤ ਹੋਈ ਪੈਟਰੋਲ ਡੀਜ਼ਲ ਕੀ ਮਾਰ, ਅਬ ਕੀ ਬਾਰ ਮੋਦੀ ਸਰਕਾਰ, ਹੁਣ ਅਸੀਂ ਕੀ ਕਵਾਂਗੇ? ਇਹ ਜਿਹੜੀ ਮਹਿੰਗਾਈ ਦੀ ਜਿਹੜੀ ਗੱਲ ਕਰ ਰਹੇ ਹਾਂ ਜਾਂ ਪੈਟਰੋਲ ਡੀਜ਼ਲ ਦੀ ਗੱਲ ਜਿਹੜੀ ਆਪਾਂ ਕਰ ਰਹੇ ਹਾਂ ਜੀ, ਇਹ ਮਹਿੰਗਾਈ ਜਿਹੜੀ ਆ ਵਰਲਡ ਵਾਈਡ ਹੈ। ਆਫਟਰ ਕੋਵਿਡ, ਕੋਵਿਡ ਤੋਂ ਬਾਅਦ ਪੂਰੇ ਦੁਨੀਆ ਦੇ ਵਿੱਚ ਇਹ ਹਾਲਾਤ ਜਿਹੜੇ ਆ ਇਹ ਬਣੇ ਪਏ ਨੇ। ਸਾਰੀ ਥਾਂ ਤੇ ਪੈਟਰੋਲ ਡੀਜ਼ਲ ਦੇ ਸੇਮ ਰੇਟ ਨੇ ਸਰ? ਹਾਂਜੀ, ਸਾਰੀ ਥਾਂ ਤੇ ਪੈਟਰੋਲ ਡੀਜ਼ਲ ਦੇ ਸੇਮ ਹੀ ਰੇਟ ਨੇ। ਦੇਖੋ ਕਿਤੇ ਨਾ ਕਿਤੇ ਤੇ ਇਸ ਨੂੰ ਮੰਨਣਾ ਪਏਗਾ ਕਿ ਕੋਵਿਡ ਤੋਂ ਬਾਅਦ ਦੇਸ਼ ਦੀ ਅਰਥ ਵਿਵਸਥਾ, ਦੇਸ਼ ਨੂੰ ਚਲਾਉਣ ਵਾਸਤੇ ਕਿਸੇ ਨਾ ਕਿਸੇ ਪਾਸੇ ਥੋੜੀ ਬਹੁਤੀ ਮਹਿੰਗਾਈ ਦੇ ਪੂਰੇ ਦੇਸ਼ ਦੇ ਵਿੱਚ ਹੈ, ਪੂਰੀ ਦੁਨੀਆ ਦੇ ਵਿੱਚ ਹੈ, ਵਰਲਡ ਵਾਈਡ ਹੈ। ਉਦੋਂ ਸਿਰਫ ਇੰਡੀਆ ਨੂੰ ਲੈ ਕੇ ਨਾ ਦੇਖੀਏ ਕਿ ਆਪਣੇ ਹਿੰਦੁਸਤਾਨ ਦੇ ਅੰਦਰ ਹੀ ਮਹਿੰਗਾਈ ਹੋ ਰਹੀ ਆ ਜਾਂ ਏਦਾਂ ਦੀ ਗੱਲ ਕਰਨ ਵਾਲੀ ਗੱਲ ਨਹੀਂ ਆ। ਇਹ ਆਪਾਂ ਸਿਰਫ ਇੱਕ ਆਪਣੇ ਮੁਲਕ ਨਾਲ ਸਰ, ਬਾਕੀ ਦੁਨੀਆ ਵਿੱਚ ਤਾਂ ਗਵਰਨਮੈਂਟ ਫਿਰ ਫੰਡ ਵੀ ਦੇ ਰਹੀ ਹੈ ਨਾ ਸਰ। ਯੂਐਸ ਵਿੱਚ ਗਵਰਨਮੈਂਟ ਕਹਿ ਰਹੀ ਹੈ ਕਿ ਅਸੀਂ ਜਿਹੜੇ ਡਾਲਰਸ ਨੇ ਲੋਕਾਂ ਦੇ ਖਾਤੇ 'ਚ ਪਾ ਦਿੰਦੇ ਹਾਂ, ਸਿੱਧੇ ਸਿੱਧੇ ਲੋਕ ਖਰਚ ਕਰ ਲੈਣ, ਸਾਡੀ ਸਰਕਾਰ ਫੰਡ ਦੇਣ ਵੀ ਗਲਤੀ ਕਰਦੀ, ਸਿੱਧੀ ਕਹਿੰਦੀ ਹੈ ਕਰਜ਼ਾ ਦੇ ਦਿੰਦੇ ਹਾਂ ਜੀ। ਦੇਖੋ ਅੱਜ ਦੀ ਜਿਹੜੀ ਸਥਿਤੀ ਆ, ਜਿਹੜੀ ਜਿਸ ਹਾਲਾਤ ਦੇ ਵਿੱਚ ਅੱਜ ਦੇਸ਼ ਆ, ਇਹ ਹਾਲਾਤ ਸਿਰਫ ਨਹੀਂ ਭਰਕੇ ਇਹ ਦੇਸ਼ ਦੇ ਹਾਲਾਤ ਜਿਹੜੇ ਆ, ਪਿੱਛੇ ਜਿਹੜੇ ਰਾਜ ਕਰਕੇ ਦੇਸ਼ ਦੇ ਉੱਤੇ 70 ਸਾਲ ਜਿਹੜੇ ਰਾਜ ਕਰਕੇ ਗਏ ਆ, ਇਹਨੇ ਉਹਨਾਂ ਦੀਆਂ ਕਮੀਆਂ ਕਾਰਨ ਅੱਜ ਜੋ ਹਾਲਾਤ ਬਣੇ ਹੋਏ ਨੇ ਆਪਣੇ ਮੁਲਕ ਦੇ, ਇਹ ਉਹਨਾਂ ਦੀਆਂ ਕਮੀਆਂ। ਪੈਟਰੋਲ ਦੀ ਕੀਮਤ 100 ਰੁਪਏ ਲੀਟਰ ਦੇ ਪਾਰ ਚਲੀ ਗਈ, ਇਹ ਕਾਂਗਰਸ ਦੀ ਕਮੀ ਹੈ ਸਰ? ਕੋਈ ਨਵਾਂ ਐਕਸਕਿਊਜ਼ ਦੇ ਲਓ ਨਾ, ਲੋਕ ਨਵੀਂ ਚੀਜ਼ ਸੁਣਨਾ ਚਾਹੁੰਦੇ ਆ, ਇਹ 70 ਸਾਲ ਵਾਲੀ ਸਰਕਾਰ ਵਾਲਾ ਐਕਸਕਿਊਜ਼ ਪੁਰਾਣਾ ਲੱਗਦਾ ਹੁਣ। ਚਲੋ ਪੂਰੀ ਦੁਨੀਆ ਦੇ ਹਾਲਾਤ ਮਾੜੇ ਹੋਏ ਨੇ, ਇਸ ਕਰਕੇ ਹਾਲਾਤ ਮਾੜੇ ਹੋਏ ਆ, ਇਸ ਕਰਕੇ ਇਹ ਕੀਮਤ ਜਿਹੜੀ ਹੈਗੀ ਵਧੀ ਹੈ। ਕੇਵਲ ਢਿੰਗਰਾ ਸਾਹਿਬ 70 ਸਾਲਾਂ 'ਚ ਤੁਸੀਂ ਅਜਿਹਾ ਕੀ ਕਰਕੇ ਗਏ ਹੋ, ਜਿਹੜਾ ਮੌਜੂਦਾ ਸਰਕਾਰ ਸਵਾਲ ਪੁੱਛਦੀ ਹੈ ਕਿ 70 ਸਾਲਾਂ 'ਚ ਜੋ ਕੁਛ ਕੀਤਾ ਸੀਗਾ ਉਸ ਕਰਕੇ ਅਸੀਂ ਇਹ 100 ਰੁਪਏ ਪਾਰ ਲੈ ਗਏ ਹਾਂ ਪੈਟਰੋਲ? ਨਹੀਂ ਦੇਖੋ, ਸਭ ਤੋਂ ਵੱਡੀ ਗੱਲ ਇਹ ਸੋਚਣ ਦੀ ਹੈ ਕਿ ਨੇਪਾਲ, ਭੂਟਾਨ, ਸ਼੍ਰੀਲੰਕਾ, ਪਾਕਿਸਤਾਨ ਔਰ 15 ਕੰਟਰੀਆਂ ਦੇ ਵਿੱਚ ਅਸੀਂ ਜਿਹੜਾ ਇੰਡੀਆ ਪੈਟਰੋਲ ਸਪਲਾਈ ਕਰ ਰਿਹਾ ਹੈ ਉਹ ਕਿੰਨੇ ਦਾ ਵਿਕ ਰਿਹਾ, ਪਹਿਲਾਂ ਤਾਂ ਇਹ ਦੇਖਣਾ ਚਾਹੀਦਾ। ਜਦੋਂ ਉਹ 50 ਰੁਪਏ ਤੋਂ ਘੱਟ ਵਿਕ ਰਿਹਾ, 50 ਰੁਪਏ ਤੋਂ ਘੱਟ ਰੇਟ ਦੇ ਵਿੱਚ ਜਦੋਂ ਇੰਡੀਆ ਸਪਲਾਈ ਕਰ ਰਿਹਾ ਤੇ ਸਾਡੇ ਦੇਸ਼ ਦੇ ਲੋਕਾਂ ਨੇ ਕੀ ਖੂਨ ਕਢਾਇਆ ਕਿ ਉਹਨਾਂ ਨੂੰ 100 ਰੁਪਏ ਪਾਰ ਤੋਂ ਤੇਲ ਮਿਲ ਰਿਹਾ ਔਰ ਇੰਡੀਆ ਹੀ ਸਪਲਾਈ ਕਰ ਰਿਹਾ 15 ਕੰਟਰੀਆਂ ਦੇ ਵਿੱਚ ਪੈਟਰੋਲ, ਜਿਹੜਾ ਕਿ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ, ਨੇਪਾਲ, ਭੂਟਾਨ, ਅਰੁਣਾਚਲ ਪ੍ਰਦੇਸ਼, ਆ ਇੱਧਰਲੇ ਪਾਸੇ ਆਪਣਾ ਪਾਕਿਸਤਾਨ, ਮਿਆਂਮਾਰ, ਸਾਰੀ ਜਗ੍ਹਾ ਤੇ ਇੰਡੀਆ ਸਪਲਾਈ ਕਰ ਰਿਹਾ ਪੈਟਰੋਲ। ਤੇ ਇਹ ਲੋਕ ਜਿਹੜੇ ਨੇ ਝੂਠ ਬੋਲ ਕੇ ਕਿਸ ਤਰ੍ਹਾਂ ਉਹ ਕਰਦੇ ਨੇ। ਜਿਸ ਟਾਈਮ ਸਾਡਾ ਟਾਈਮ ਸੀਗਾ, ਕਰੂਡ ਆਇਲ ਦੀ ਜਿਹੜੀ ਕੀਮਤ ਸੀਗੀ ਉਹ $120 ਪ੍ਰਤੀ ਬੈਰਲ ਸੀਗੀ,
और इस टाइम ते 63 रुपए लीटर प्रति बैरल हैगी है। उस टाइम ते रेट 50 रुपए सी, हुण 100 रुपए है। डबल रेट दा फर्क पाता और रेट जिहड़ा डबल कट गया। किन्ना वड्डा झूठ बोलदे आ वसीम राजा नूं समझ आनी चाहीदी है। बीजेपी दे वड्डे वड्डे प्रवक्ता जिहड़े ने चलो बीजेपी झूठ बोल रही है, राजीव गोदारा साहब, राजीव गोदारा साहब कितने किसान अंदोलन ने इतना ज्यादा औखा तो नहीं करता सरकार नूं के एक होर टेंशन दे दो किसानों नूं, डीजल दी कीमत भी बराबर ही पहुंच रही है हुण तां। ਮੈਨੂੰ ਲੱਗਦਾ ਗਗਨ ਜੀ ਕਿ ਜਿਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਸਾਰੇ ਇਸ਼ੂ ਤੇ, ਉੱਤੇ ਗੰਭੀਰ ਬਹਿਸ ਹੋਣੀ ਚਾਹੀਦੀ ਹੈ। ਜਿਵੇਂ ਕਿਸਾਨ ਅੰਦੋਲਨ ਨੇ ਇਸ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ, ਡਾਇਸੈਂਟ ਦੀ ਵੌਇਸਿਸ ਨੂੰ ਉਠਾਉਣ ਦੇ ਜਿਹੜੇ ਸਪੇਸਿਸ ਨੇ ਉਹਨਾਂ ਨੂੰ ਕ੍ਰੀਏਟ ਕੀਤਾ, ਇੱਕ ਨਵੀਂ ਚਰਚਾ ਚਲਾਈ ਹੈ ਕਿ ਜਿਹੜੀ ਪਾਲਿਸੀਜ਼ ਬਣਨਗੀਆਂ ਸਟੇਕ ਹੋਲਡਰਸ ਦੀ ਗੱਲ ਸੁਣੀ ਜਾਏਗੀ ਕਿ ਨਹੀਂ ਸੁਣੀ ਜਾਏਗੀ, ਜੇ ਨਹੀਂ ਸੁਣੀ ਜਾਏਗੀ ਤੇ ਉਹਨਾਂ ਦੇ ਮਾਰ ਪਏਗੀ ਤੇ ਵਿਰੋਧ ਕਰਨਗੇ। ਇਹ ਜਿਹੜੀ ਬਹਿਸ ਹੈ, ਗੰਭੀਰ ਬਹਿਸ ਜਿਵੇਂ ਕਿਸਾਨ ਮੁੱਦਿਆਂ ਤੇ, ਕਿਸਾਨ ਅੰਦੋਲਨ ਤੇ, ਕਿਸਾਨੀ ਬਾਰੇ ਜਿਵੇਂ ਸ਼ੁਰੂ ਹੋਈ ਹੈ, ਇਸੇ ਤਰ੍ਹਾਂ ਪੈਟਰੋਲ ਡੀਜ਼ਲ ਦੇ ਰੇਟ ਬਾਰੇ ਵੀ ਇਸੇ ਤਰ੍ਹਾਂ ਦੀ ਚਰਚਾ ਹੋਣੀ ਚਾਹੀਦੀ ਹੈ। ਇਹ ਜਿਹੜੀ ਗੱਲਬਾਤ ਹੈ ਕਿ ਪੈਟਰੋਲ ਡੀਜ਼ਲ ਦੀ ਮਾਰ ਤੇ ਹੁਣ ਮੋਦੀ ਸਰਕਾਰ ਤੇ, ਹੁਣ ਫਿਰ ਦੂਜੀ ਸਰਕਾਰ ਤੇ, ਹੁਣ ਫਿਰ ਤੀਜੀ ਸਰਕਾਰ, ਇਹ ਜਿਹੜੀ ਲਫਾਜੀ ਹੈ ਬਿਲਕੁਲ ਮੰਨ ਲੈਣਾ ਚਾਹੀਦਾ, ਬਿਲਕੁਲ ਕੋਰੀ ਲਫਾਜੀ ਹੈ। ਦੂਜੀ ਗੱਲ, ਜੇ ਇਹ ਗੱਲ ਕਰਨੀ ਹੈ ਤੇ ਫਿਰ ਫੈਸਲਾ ਇੱਥੇ ਕਰਨਾ ਪਏਗਾ ਕਿ ਜਿਹੜੇ ਅਸੀਂ ਤੇ ਟੈਕਸਿਸ ਲਾ ਰਹੇ ਨੇ, ਕੇਂਦਰ ਸਰਕਾਰ ਕਿੰਨੇ ਲਾਉਂਦੀ ਹੈ, ਰਾਜ ਸਰਕਾਰ ਕਿੰਨੇ ਲਾਉਂਦੀ ਹੈ, ਉਹ ਕਿੰਨੇ ਜਾਇਜ਼ ਨੇ, ਕਿੰਨੇ ਨਹੀਂ ਜਾਇਜ਼ ਹੈਗੇ। ਇਕਨੋਮੀ ਦੇ ਵਿੱਚ ਇਹ ਜੀ ਕੀ ਸਥਿਤੀ ਬਣ ਗਈ ਕਿ ਇੰਨੇ ਜ਼ਿਆਦਾ ਟੈਕਸ ਲਾਉਣ ਦੀ ਲੋੜ ਪੈ ਗਈ ਅਚਾਨਕ, ਸਿੰਪਲੀ ਕੋਵਿਡ ਦੀ ਗੱਲ ਕਰਨ ਨਾਲ ਕੰਮ ਨਹੀਂ ਚੱਲਣਾ, 70 ਸਾਲ ਦਾ ਰੋਣਾ ਰੋ ਕੇ ਵੀ ਕੰਮ ਨਹੀਂ ਚੱਲਣਾ। ਬਿਲਕੁਲ ਸਾਫ ਫੈਕਟਸ ਦੇ ਨਾਲ ਸਰਕਾਰ ਨੂੰ ਕਹਿਣਾ ਚਾਹੀਦਾ ਕਿ ਆਹ ਸਾਰੀ ਸਥਿਤੀ ਹੈਗੀ, ਆਹ ਸਾਡੀ ਇਕਨੋਮੀ ਹੈਗੀ, ਇੰਨਾ ਪੈਸਾ ਇਸ ਕਰਕੇ ਤੁਹਾਡੇ ਤੋਂ ਅਸੀਂ ਲੈ ਰਹੇ ਹਾਂ। ਉਸ ਤੋਂ ਬਾਅਦ ਜਨਤਾ ਆਪਦੀ ਵਿਊ ਦੇਵੇ ਕਿ ਜਨਤਾ ਉਹਨਾਂ ਟੈਕਸ ਦੇਣ ਦੀ ਦੇਖੀ ਰਾਜੀ ਹੈ ਜਾਂ ਨਹੀਂ ਹੈ, ਜਾਂ ਜਨਤਾ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ, ਇਹ ਸਵਾਲ ਹੋਵੇ। ਠੀਕ ਸਰ, ਗੌਰਵ ਖੋਸਲਾ ਸਾਹਿਬ, ਇਸ ਨੂੰ ਇਕਨੋਮਿਕਲੀ ਸਰ ਮਾਰ ਰਹੇ ਹਾਂ, राजीव खोसला साहब इसनों असी इकनोमिकली समझण दी कोशिश करिए, इकनोमिक्स की कहती है, ये जिहड़ा गणित हैगा है जिसके पिछे पॉलिटिक्स अपने तर्क दिंदी है, असल गणित की है इस खेड दा? असल गणित हैगा जी जिहड़ी एक्साइज ड्यूटी दा, सारी जिहड़ा खेल है सारा एक्साइज ड्यूटी दा पाया होया है। जे आपां अप्रैल 2020 तो चक्कीए, जदों मोटे तौर ते जदों लॉकडाउन होया है जी, तां तेल दीआं कीमतां जिहड़ीआं सी $20 पर बैरल गिर गईआं सी, जिहदा मतलब है वी बेस प्राइस ते तेल जिहड़ा सी 10 रुपये प्रति लीटर बन गया सी, जे उहदे ते ट्रांसपोर्टेशन कॉस्ट वगैरह पा लईए तां 15 रुपये पैंदा सीगा हिंदुस्तान दे विच जदों बेस प्राइस तेल दा। ਉਸ ਤੋਂ ਬਾਅਦ ਉਹਦੇ ਚ ਸਰਕਾਰਾਂ ਨੇ ਉਸ ਵੇਲੇ ਜਿਹੜੀ ਐਕਸਾਈਜ਼ ਡਿਊਟੀ ਸੀ ਜਨਵਰੀ 2020 ਵਾਲੀ, ਮਈ ਅਪ੍ਰੈਲ ਮਈ ਪਹੁੰਚਦੇ ਪਹੁੰਚਦੇ ਉਹਨੂੰ 32 ਰੁਪਏ ਤੱਕ ਲਿਜਾਤਾ, ਪੈਟਰੋਲ ਦੇ ਉੱਤੇ 32 ਰੁਪਏ, 33 ਰੁਪਏ ਡੀਜ਼ਲ ਦੇ ਉੱਤੇ। ਰਾਈਟ, ਤਾਂ ਉਹਦੇ ਕਰਕੇ ਕੀ ਹੋਇਆ, ਉਹਦੇ ਕਰਕੇ ਕੀ ਹੋਇਆ ਕਿ ਜਦੋਂ ਬੇਸ ਪ੍ਰਾਈਸ ਨੂੰ ਜਦੋਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ, ਆਖਿਰ ਹਮੇਸ਼ਾ ਤਾਂ ਤੇਲ ਦਾ ਰੇਟ $20 ਨਹੀਂ ਨਾ ਰਹਿਣਾ, ਜਦੋਂ ਹੁਣ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ $60 ਤੇ ਪਹੁੰਚਿਆ, ਸਰਕਾਰਾਂ ਨੇ ਐਕਸਾਈਜ਼ ਡਿਊਟੀ ਘਟਾਈ ਨਹੀਂ, ਜਿਹੜੀ 32-33 ਰੁਪਏ ਐਕਸਾਈਜ਼ ਡਿਊਟੀ ਬਣਦੀ ਸੀ ਉਹਦੇ ਉੱਤੇ ਵੈਟ ਲੱਗਦਾ ਸੀਗਾ, ਜਿਹੜੀ ਕੇਂਦਰ ਸਰਕਾਰਾਂ ਲਾਉਂਦੀਆਂ ਸੀਗੀਆਂ, ਫਿਰ ਪੈਟਰੋਲ ਜਿਹੜੇ ਪੈਟਰੋਲ ਪੰਪ ਵਾਲੇ ਆ ਡੀਲਰ ਦਾ ਉਹਦਾ ਕਮਿਸ਼ਨ ਬੈਠਦਾ ਸੀਗਾ, ਉਹਦੇ ਚੋਂ ਕਿਸੇ ਚੀਜ਼ ਦੇ ਉੱਤੇ ਕਮੀ ਨਹੀਂ ਆਈ, ਜਿਸਦਾ ਸਾਰਾ ਜਿਹੜਾ ਜੋ $20 ਵਾਲਾ ਬੇਸ ਪ੍ਰਾਈਸ ਸੀਗਾ ਹੁਣ ਉਹ $60 ਤੇ ਤਾਂ 10 ਰੁਪਏ ਦੇ ਹਿਸਾਬ ਨਾਲ ਪ੍ਰਤੀ ਲੀਟਰ 30 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ, 20 ਰੁਪਏ ਦੀ ਉੱਥੇ ਵਾਧਾ ਹੋ ਗਿਆ, ਉਸ ਤੋਂ ਉੱਤੇ 32 ਰੁਪਏ ਦਾ ਟੈਕਸ ਲੱਗ ਗਿਆ, ਉਹ ਪਹੁੰਚ ਗਿਆ ਜੀ ₹52, ਉਹਦੇ ਉੱਤੇ ₹52 ਦੇ ਉੱਤੇ ਫਿਰ ਐਕਸਾਈਜ਼ ਡਿਊਟੀ, ਉਸ ਦੇ ਉੱਤੇ ਵੈਟ ਲੱਗ ਗਿਆ, ਪੈਟਰੋਲ ਦਾ ਕਮਿਸ਼ਨ ਲੱਗ ਗਿਆ, ਆਟੋਮੈਟਿਕਲੀ 100 ਤੇ ਜਾਏਗਾ। ਔਰ ਕੱਲ ਨੂੰ ਜੇ ਹੋਰ ਮਾਰਕੀਟ ਦੇ ਵਿੱਚ ਇੰਟਰਨੈਸ਼ਨਲ ਮਾਰਕੀਟ ਤੇ ਜੇ ਡਾਲਰ ਦੀ ਕੀਮਤ ਹੋਰ ਵੱਧਦੀ ਹੈ, $70 ਪਹੁੰਚਦੀ ਹੈ, ਬਿਲਕੁਲ ਬਿਲਕੁਲ 125 ਰੁਪਏ ਤੱਕ ਜਾ ਸਕਦਾ ਹੈ ਜੇ ਸਰਕਾਰ ਦਾ ਇਹੀ ਰਵੱਈਆ ਰਿਹਾ ਕਿ ਉਹ ਟੈਕਸ ਲਾ ਕੇ ਐਕਸਾਈਜ਼ ਡਿਊਟੀ ਲਾ ਕੇ ਜੇਕਰ ਆਪਣੀ ਜੇਬ ਭਰਦੀ ਰਹੀ ਔਰ ਉਸ 'ਤੇ ਧਿਆਨ ਨਾ ਦਿੱਤਾ ਤਾਂ 125 ਤੱਕ ਵੀ ਇਹ ਜਾ ਸਕਦਾ ਹੈ। ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਇਹ ਹੈਗਾ ਹੈ ਕਿ ਲੋਕਾਂ ਦੀ ਜੇਬ 'ਤੇ ਡਾਕਾ ਪਾ ਕੇ ਕਿ ਸਰਕਾਰ ਆਪਣੇ ਖਜ਼ਾਨੇ ਭਰਨ ਵਿੱਚ ਲੱਗੀ ਹੋਈ ਹੈ ਜਾਂ ਲੋਕਾਂ ਦੇ ਸਬਰ ਦਾ ਇਮਤਿਹਾਨ ਲਿਆ ਜਾ ਰਿਹਾ ਹੈ। ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਛੋਟਾ ਜਿਹਾ ਬ੍ਰੇਕ ਲੈ ਰਹੇ, ਛੇਤੀ ਵਾਪਸ ਆ ਰਹੇ ਹਾਂ। ਵਾਲੇ ਕੋ ਪੁੱਛ ਰਹੇ ਹਾਂ ਅੱਜ ਤੇਲ ਤੋਂ ਗੈਸ ਤੱਕ ਦੀਆਂ ਵਧੀਆਂ ਕੀਮਤਾਂ ਦੇ ਪਿੱਛੇ ਜਿਹੜਾ ਹੈਗਾ ਲਗਾਤਾਰ ਵੱਧ ਰਹੀਆਂ ਨੇ ਕੀਮਤਾਂ, ਇਸ ਦੇ ਪਿੱਛੇ ਅਸਲੀ ਖੇਡ ਕੀ ਹੈਗਾ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਵਸੀਮ ਰਜਾ ਸਾਹਿਬ, 70 ਸਾਲਾਂ ਵਿੱਚ ਪਿਛਲੀ ਸਰਕਾਰਾਂ ਨੇ ਜੋ ਕੁਝ ਕੀਤਾ, ਹੁਣ ਤੁਹਾਡੀ ਸਰਕਾਰ ਦਾ ਸੈਕਿੰਡ ਟੈਨਿਓਰ ਹੈਗਾ, ਇਸ ਬਿਆਨ ਨੂੰ ਜੇਕਰ ਛੱਡ ਦਿੱਤਾ ਜਾਵੇ 70 ਸਾਲਾਂ 'ਚ ਜੋ ਕੁਝ ਹੋਇਆ, ਹੁਣ
छठा साल जिहड़ा हैगा लंघन वाला है, उस तो बाद जिहड़ा हैगा अगे दा टाइम जिहड़ा हैगा आ चुका हुण 2019 जिहड़ा हैगा लंघिया, 20 जिहड़ा हैगा लंघिया, उस तो बाद 2021 भी आ गया हुण तां हुण तां घट्टो घट्ट दस देना चाहिए कि सरकार ने की कंक्रीट प्लैन तैयार किया कीमत घटाउण दे लई। जिथे पेट्रोल डीजल सेंट्रल गवर्नमेंट का अपना टैक्स होंगे उस तरीके ना राज्य सरकार का भी स्टेट गवर्नमेंट का भी बहुत वड्डे वड्डा भारी भरकम टैक्स जिहड़ा पेट्रोल डीजल कीमतां ते हैगा। जे इन्हां नूं इन्नी जिहड़ी गल्लां वड्डियां वड्डियां गल्लां असीं कर रहे ने, पहले इन्हां नूं अपनी सरकार तों भी ये अपील करनी चाहिए है कि पंजाब सरकार भी अपने टैक्स दे उत्ते एक बहुत वड्डे स्तर ते उहनूं कट कट करके उहदे च सबसिडी देवे, लोकां नूं राहत देवे, इह ते अपना काम नहीं करनगे सर। बीजेपी अपनी स्टेट सर वसीम राजा साहब एक सप्लीमेंटरी क्वेश्चन है नाल ही लै लो, बीजेपी अपनी स्टेट सरकारां नूं इह कहेगी कि अपने अपने सूबे विच वैट जिहड़ा हैगा उह बिल्कुल घटा दिओ। देखो मैं तुहाडी गल दा जवाब दे रहा, बाकी एक ये गल करदे कांग्रेस दे बुलारा जिहड़ा भी कोई आवे उह घूम फिर के पहुंच जांदा पाकिस्तान, घूम फिर हर किसे भी मुद्दे ते तुसीं डिबेट करके देख लो, चर्चा करके देख लो, ये पहुंच जांदे ने पाकिस्तान दा एग्जांपल अपने देश दे विच हिंदुस्तान दे विच दिंदे आ। ये की चाहुंदे की आ कि पाकिस्तान वर्गी स्थिति जिहड़ी आ अज हिंदुस्तान दी हो जावे, पूरे मुल्क दे विच पूरी दुनिया दे विच पाकिस्तान दी स्थिति जिहड़ी आ इन्नी माड़ी आ, अरब अरब कंट्रीआं च चल जांदा कदी भीख मंगण वास्ते कदी अमेरिका को जा रिहा। मैं थोड़ा जिहा करैक्ट करदा हां सर, मैं थोड़ा जिहा करैक्ट करदा हां, मैं थोड़ा जिहा करैक्ट करदा हां सर। उस तों बाद वसीम राजा साहब मैं करैक्ट करदा हां, थोड़ा जिहा करैक्ट करदा हां तुहानूं। केवल टिंगरा साहब ने पाकिस्तान भूटान श्रीलंका सारा का जिक्र किया, ये हुण बीजेपी नूं इकल्ला पाकिस्तान सुनदा है या सिर्फ तुसीं सुनना ही पाकिस्तान चाहुंदे हो? इंडिया दे अंदर जिन्नी आबादी है ओहदा 10% भी नेपाल दे विच उन्नी जनता नहीं बसदी, ਜੇ ਇੰਨੇ ਵੱਡੇ ਭਾਰੀ ਇੰਨੀ ਜਨਸੰਖਿਆ ਵਾਲੇ ਦੇਸ਼ ਨੂੰ ਚਲਾਉਣ ਵਾਸਤੇ ਸੰਸਾਧਨ ਦੀ ਲੋੜ ਹੁੰਦੀ ਆ, ਦੇਸ਼ ਦੇ ਬਾਰਡਰਾਂ ਦੀ ਸਥਿਤੀ ਨੂੰ ਸਟਰੋਂਗ ਕਰਨ ਵਾਸਤੇ ਸੰਸਾਧਨ ਦੀ ਲੋੜ ਹੁੰਦੀ, ਪੈਸੇ ਦੀ ਲੋੜ ਹੋਏ, ਬਿਨਾਂ ਪੈਸਿਆਂ ਤੋਂ ਕੁਛ ਦੇਸ਼ ਨਹੀਂ ਚੱਲਦਾ। ਤੇ ਅੱਜ ਜਿਹੜੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਅੱਜ ਇੰਨਾ ਵਾ ਲੋਜੀਕ ਹੈ ਵੈਸੇ ਵਾਧਾ ਹੋਇਆ, ਤੇ ਇੰਨਾ ਪਿੱਟ ਰਹੇ ਨੇ ਇਹਨਾਂ ਦੇ ਟਾਈਮ ਦੇ ਵਿੱਚ, ਇਹਨਾਂ ਦੇ ਟਾਈਮ ਦੇ ਵਿੱਚ 25-25-30% ਦਾ ਇਜ਼ਾਫਾ ਹੋਇਆ ਪੈਟਰੋਲ। ਕਿਉਂਕਿ ਪੋਪੂਲੇਸ਼ਨ ਵੱਧ ਹੈਗੀ ਹੈ ਇਸ ਕਰਕੇ ਰੇਟ ਵੱਧ ਰਹੇ ਨੇ। केवल टिंगरा साहब जिहड़ा वैट वाला सवाल है, ये मैं भी पूछना चाह रहा सीगा, स्टेट गवर्नमेंट्स तां जिहड़ियां ने, केवल टिंगरा साहब मेरी आवाज़ आ रही है थोड़े तक? बिल्कुल आ रही है जी। जी जिहड़ा वैट वाला सवाल हैगा है, ये वैट जिहड़ा हैगा ये तां स्टेट गवर्नमेंट का सबजैक्ट हैगा और स्टेट्स दे विच जिहड़ा हैगा थां थां ते जिथे थोड़ी सरकारां ने उत्थे वैट भी जिहड़ा हैगा चंगा खासा वसूल किया जा रहा है। नहीं जी नहीं गगन जी, पहला इहदे बड़ी सीरियस चर्चा करनी चाहिए है। सेंटर सरकार जिहड़ा हैगी है वह करीबन 180% जिहड़ा है टैक्स दे पेट्रोल दे उत्ते चार्ज कर रही है सेंटर सरकार, राइट। और जिहड़ी स्टेट सरकार हैगी है, मैं एक मिनट वसीम साहब, मैं आवांगा थोड़े कोल, गल हरियाणा की सरकार 26% जिहड़ा हैगा वैट जिहड़ा हैगा ओह चार्ज कर रही है, हरियाणा की सरकार 26% कर रही है, पंजाब दोस्तों घट कर रही है, लेकिन जिहड़ी सेंटर की सरकार है वो 180% जिहड़ा हैगा वो टैक्स चार्ज कर रही है पूरे इंडिया दे विच सारे स्टेटा दे विच। तुसी ये देखो सर, हरियाणा सरकार 25% सर, हरियाणा सरकार 25% एक मिनट 25% और 15.62 रुपीज पर लीटर जिहड़ा भी हायर होएगा वो वैट लेगी, 5% एडिशनल टैक्स ऑन वैट लेगी। पंजाब सरकार 2050 रुपए पर किलोलीटर सेस ले रही है, 0.10 पैसे पर लीटर अर्बन ट्रांसपोर्ट फंड ले रही है, 24.79% वैट ले रही है, 10% एडिशनल टैक्स ऑन वैट ले रही है। सर दोवें स्टेट गवर्नमेंट का जिक्र जिक्र करिए, आप फैक्चुअली ठीक रखिए ना। मैं वही चीज तो तुम कह रहे हैं, अगर टोटल गिनती करिए टोटल 200% जिहड़ा हैगा इंटरेस्ट वो लग रहा है एक्साइज ड्यूटी वैट सारी चीजा मिला के, क्योंकि बेस प्राइस 32 रुपए है और असल कीमत जिहड़ी है 100 रुपए पार कर रही है, ते तुसी ये 3 गुणा ला लो
ਜਦੋਂ 32 ਨੂੰ ਆਪਾਂ 3 ਨਾਲ ਗੁਣਾ ਕਰੀਏ ਤਾਂ ਉਹ 90 ਤੋਂ ਉੱਤੇ ਇਨਕਰੀਜ਼ ਹੋ ਜਾਂਦਾ ਹੈ ਤੇ 200% ਟੈਕਸ ਲੱਗ ਰਿਹਾ ਤਾਂ ਤੁਸੀਂ ਵੀ ਗਗਨ ਜੀ ਮੰਨਦੇ ਹੋ ਲੇਕਿਨ ਉਹਦੇ ਵਿੱਚ 180% ਜਿਹੜਾ ਚਾਰਜ ਹੈਗਾ ਉਹ ਸੈਂਟਰ ਕਰ ਰਹੀ ਹੈ ਔਰ ਬਾਕੀ ਦਾ ਕੋਈ ਸਟੇਟ 25 ਕੋਈ ਸਟੇਟ 22 ਕੋਈ 23 ਕੋਈ 24 ਇੰਨਾ ਹੀ ਚਾਰਜ ਕਰ ਰਹੀ ਹੈ ਲੇਕਿਨ ਜਿਹੜਾ ਸੈਂਟਰ ਚਾਰਜ ਕਰ ਰਿਹਾ ਹੈਗਾ ਉਹ 180% ਕਿਉਂ ਕਰ ਰਿਹਾ ਔਰ ਜਦੋਂ ਸਾਡਾ ਟਾਈਮ ਸੀਗਾ ਉਦੋਂ ਕਿੰਨਾ ਕਰ ਰਿਹਾ ਸੀ ਉਦੋਂ ਟੋਟਲ ਪਰਸੈਂਟੇਜ ਜਿਹੜੀ ਸੀ 35 ਸੀ ਸਾਰੀ ਮਿਲਾ ਕੇ ਸੈਂਟਰ ਔਰ ਸਟੇਟ ਦੀ ਮਿਲਾ ਕੇ 35% ਸੀ ਹੁਣ 200% ਹੈਗੀ ਠੀਕ ਹੈ ਰਾਜੀਵ ਖੋਸਲਾ ਸਾਹਿਬ ਠੀਕ ਹੈ ਸੈਂਟਰ ਸਰਕਾਰ ਧੋਖਾ ਕਿਉਂ ਦੇ ਰਹੀ ਹੈ ਠੀਕ ਹੈ ਠੀਕ ਹੈ ਤੁਹਾਨੂੰ ਹੀ ਕਹੋ ਰਾਜੀਵ ਖੋਸਲਾ ਸਾਹਿਬ ਇਹ ਜਿਹੜਾ ਇਲਜ਼ਾਮ ਤਰਾਸ਼ੀਆਂ ਨੇ ਇੱਕ ਮਿੰਟ ਟਿੰਗਰਾ ਸਾਹਿਬ ਇੱਕ ਮਿੰਟ ਟਿੰਗਰਾ ਸਾਹਿਬ ਆਓ ਮੈਂ ਵਾਪਿਸ ਆ ਜਾਵਾਂਗਾ ਤੁਹਾਡੇ ਕੋਲ ਰਾਜੀਵ ਖੋਸਲਾ ਸਾਹਿਬ ਆਪਾਂ ਇਕਨੋਮਿਕਸ ਤੋਂ ਵੀ ਪੁੱਛ ਲਈਏ ਨਾ ਜਿਹੜੇ ਇਸ ਸਬਜੈਕਟ ਦੇ ਐਕਸਪਰਟ ਨੇ ਉਹਨਾਂ ਤੋਂ ਪੁੱਛ ਲੈਂਦੇ ਸਰ ਆ ਜਿਹੜਾ ਗਣਿਤ ਹੈਗਾ ਇਹ ਜਿਹੜੀ ਕੈਲਕੂਲੇਸ਼ਨ ਹੈਗੀ ਹੈ ਇਹ ਪਾਰਟੀਆਂ ਤਾਂ ਆਪਣੇ ਹਿਸਾਬ ਨਾਲ ਕੈਲਕੂਲੇਟ ਕਰ ਸਕਦੀਆਂ ਨੇ ਪਲੱਸ ਮਾਈਨਸ ਵੀ ਕਰ ਸਕਦੀਆਂ ਨੇ ਐਕਚੁਅਲ ਪੋਜੀਸ਼ਨ ਕੀ ਹੈਗੀ ਹੈ ਟੈਕਸ ਦੀ ਜ਼ਿਆਦਾ ਲੈਣ ਦੀ ਦੌੜ ਹੈਗੀ ਹੈ ਕਿ ਕੌਣ ਜ਼ਿਆਦਾ ਟੈਕਸ ਵਸੂਲ ਕਰੇਗਾ ਜਾਂ ਅਸਲ ਪਿਕਚਰ ਜਿਹੜੀ ਹੈਗੀ ਉਹ ਕੀ ਹੈ ਐਕਚੁਅਲ ਜਿਹੜੀ ਗੱਲ ਹੈ ਜੀ ਜਿਹੜੀਆਂ ਨਾਨ ਬੀਜੇਪੀ ਸਟੇਟਸ ਨੇ ਭਾਵੇਂ ਅਸੀਂ ਰਾਜਸਥਾਨ ਦੀ ਗੱਲ ਕਰ ਲਈਏ ਆਂਧਰਾ ਪ੍ਰਦੇਸ਼ ਦੀ ਕਰ ਲਈਏ ਉੜੀਸਾ ਜਾਂ ਕੇਰਲਾ ਇਹਨਾਂ ਦੇ ਵਿੱਚ ਟੈਕਸ ਜਿਹੜੇ ਨੇ ਜ਼ਿਆਦਾ ਨੇ ਜਿਹੜਾ ਵੈਟ ਹੈ ਉਹ ਜ਼ਿਆਦਾ ਨੋ 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 ਰੋਂਗ ਰੋਂਗ ਇੱਕ ਮਿੰਟ ਟਿੰਗਰਾ ਸਾਹਿਬ ਇੱਕ ਮਿੰਟ ਸੁਣ ਲਓ ਤੁਸੀਂ ਦੱਸੋ ਕਿੰਨਾ ਹੈ ਤੁਸੀਂ ਦੱਸੋ ਕਿੰਨਾ ਹੈਗਾ ਸਰ ਸੁਣ ਲਓ ਇੱਕ ਮਿੰਟ ਮੈਂ ਤੁਹਾਨੂੰ ਦੱਸ ਦਿੰਦਾ ਮੇਰੇ ਸਾਹਮਣੇ ਨਾਲ ਫਿਗਰਸ ਪਈਆਂ ਨੇ ਆ ਦੱਸ ਦਿਓ ਪੰਜਾਬ ਹਰਿਆਣਾ ਦੋਨਾਂ ਦਾ ਜਿਹੜਾ ਡਿਫਰੈਂਸ ਸਰ ਦੱਸ ਰਹੇ ਨਾ ਸਰ ਸੁਣ ਲਓ ਖੁਸਲਾ ਸਾਹਿਬ ਮੱਧ ਪ੍ਰਦੇਸ਼ ਵੀ ਸਰ ਰਾਜਸਥਾਨ 36% ਲੈ ਰਹੀ ਹੈ ਵੈਟ 1500 rupees ਪਰ ਕਿਲੋ ਲੀਟਰ ਡਿਵੈਲਪਮੈਂਟ ਸੈਸੋ ਦੇ ਉੱਤੇ ਲੱਗ ਰਿਹਾ ਹੈਗਾ ਸੇਮ ਵੇ ਸਾਰੀਆਂ ਜਿਹੜੀਆਂ ਸਟੇਟਸ ਦਾ ਮੇਰੇ ਕੋਲੇ ਪਿਆ ਹੈਗਾ ਇਸ ਕਰਕੇ ਸਰ ਹਰਿਆਣਾ ਔਰ ਪੰਜਾਬ ਸਰ ਰਾਜਸਥਾਨ ਵੀ ਤੁਹਾਡੀ ਸਰਕਾਰ ਹੈ ਕਿ ਰਾਜਸਥਾਨ ਨੂੰ ਤੁਸੀਂ ਡਿਸਓਨ ਕਰਦਾ ਹੈ ਐਗਰੀਡ ਸਰ ਗੁਜਰਾਤ ਉਤਰਾਂਚਲ ਉੱਤਰ ਪ੍ਰਦੇਸ਼ ਹਰਿਆਣਾ ਬਿਹਾਰ ਇਹਨਾਂ ਦੇ ਵਿੱਚ ਰਿਲੇਟਿਵਲੀ ਟੈਕਸਿਸ ਜਿਹੜੇ ਨੇ ਕੱਟ ਰਹੇ ਨੇ ਸਰ ਲੈਟ ਮੀ ਕੰਪਲੀਟ ਜੀ ਮੈਂ ਜਿੱਦਾਂ ਤੁਸੀਂ ਕਹੋਗੇ ਮੈਂ ਉਹਨਾਂ ਦਾ ਜਵਾਬ ਦੇ ਦੂੰਗਾ ਜੀ ਸਰ ਐਕਸਪਰਟ ਹੈ ਨਾ ਖੋਸਲਾ ਸਾਹਿਬ ਟਿੰਗਰਾ ਸਾਹਿਬ ਵਸੀਮ ਰਾਜ ਸਾਹਿਬ ਇੱਕ ਵਾਰ ਐਕਸਪਰਟ ਦੀ ਗੱਲ ਸੁਣ ਲਓ ਜੀ ਖੋਸਲਾ ਸਾਹਿਬ ਕੰਟੀਨਿਊ ਉਸ ਤੋਂ ਬਾਅਦ ਤੁਸੀਂ ਆਪਣਾ ਰਿਐਕਸ਼ਨ ਦੇ ਦੇਣਾ ਆਈ ਟ੍ਰਾਈ ਟੂ ਸੌਟ ਇਟ ਆਊਟ ਜੇ ਕੋਈ ਸਮੱਸਿਆ ਹੈ ਸਮੱਸਿਆ ਇਹ ਹੈਗੀ ਹੈ ਕਿ ਜਿਹੜਾ ਕੇਂਦਰ ਸਰਕਾਰ ਤੋਂ ਜਿਹੜੀ GST ਦੇ ਬਕਾਇਆ ਨੇ ਉਹ ਨਹੀਂ ਪਹੁੰਚੇ ਸਟੇਟਸ ਦੇ ਕੋਲ ਹੋਰ ਕੋਈ ਵੀ ਚਾਰਾ ਨਹੀਂ ਹੈ ਅੱਛਾ ਜਿਹੜੀ ਗੱਲ ਹੁਣ BJP ਦੇ ਇੱਥੇ ਜਿਹੜੇ ਨੁਮਾਇੰਦੇ ਬੈਠੇ ਆ ਉਹਨਾਂ ਨੇ ਗੱਲ ਕਹੀ ਸੀਗੀ ਕਿ ਸਰਕਾਰਾਂ ਦੇ ਕੋਲ ਪੈਸਾ ਕੇਂਦਰ ਸਰਕਾਰ ਦੇ ਕੋਲ ਪੈਸੇ ਦੀ ਜਿਹੜੀ ਗੱਲ ਕੀਤੀ ਹੈ ਕੇਂਦਰ ਸਰਕਾਰ ਨੇ 20.2 lakh crore rupees ਪਿਛਲੇ ਬਜਟ ਦੇ ਵਿੱਚ ਮਿੱਥਿਆ ਸੀ ਕਿ ਸਰਕਾਰ ਦੇ ਕੋਲ ਆਏਗਾ ਜਦਕਿ ਸਰਕਾਰ ਦੇ ਕੋਲ by the end of this fiscal year 31 March 2021 ਤੱਕ ਤਕਰੀਬਨ 15 lakh crore rupees ਸਰਕਾਰ ਨੇ ਪ੍ਰੋਜੈਕਟ ਕੀਤਾ ਜਿਸ ਦੇ ਕਾਰਨ ਉਹਦਾ ਕਾਰਨ ਇਹ ਹੈ ਕਿ ਕਾਰਪੋਰੇਟ ਟੈਕਸ ਦੇ ਵਿੱਚ ਵੀ ਡਿਕਰੀਜ਼ ਹੈ 35.7% ਦੀ ਡਿਕਰੀਜ਼ ਕਾਰਪੋਰੇਟ ਟੈਕਸ ਦੇ ਵਿੱਚ ਹੈ ਕਸਟਮ ਡਿਊਟੀ ਦੇ ਵਿੱਚ ਹੈ GST ਦੇ ਵਿੱਚ ਹੈ ਇਨਕਮ ਟੈਕਸ ਦੇ ਵਿੱਚ ਹੈ ਸਰਕਾਰ ਨੂੰ ਸਿਰਫ ਇੱਕ ਔਰ ਇੱਕੋ ਹੀ ਤਰੀਕਾ ਲੱਭਿਆ ਹੋਇਆ ਉਹ ਹੈਗਾ ਐਕਸਾਈਜ਼ ਡਿਊਟੀ ਲਾ ਦਿਓ ਉਸ ਤੋਂ ਪੈਸਾ ਪੂਰਾ ਕਰ ਲਓ ਦੈਟ ਇਜ਼ ਵਨ ਰੀਜ਼ਨ ਜਿਹੜਾ ਦੋਨੋਂ ਜਿਹੜੀਆਂ ਨਾ ਕੇਂਦਰ ਸਰਕਾਰ ਨਾ ਹੀ ਸੂਬਾਈ ਸਰਕਾਰਾਂ ਕਿਸੇ ਤਰੀਕੇ ਦੇ ਨਾਲ ਹੈਲਪ ਨਹੀਂ ਕਰ ਰਹੀਆਂ ਲੋਕਾਂ ਦੀਆਂ ਨਾਨ BJP ਸਟੇਟਸ ਮੈਂ ਫੇਰ ਕਹਿ ਰਿਹਾ ਉਹਨਾਂ ਦੇ ਕੋਲ ਚਾਰਾ ਕੋਈ ਨਹੀਂ ਸੀ ਕਿਉਂਕਿ GST ਦਾ ਬਕਾਇਆ ਉੱਥੋਂ ਨਹੀਂ ਮਿਲ ਰਿਹਾ ਰਾਜਸਥਾਨ ਵਾਸ ਦਾ ਫਸਟ ਸਟੇਟ ਮੱਧ ਪ੍ਰਦੇਸ਼ ਹਾਊ ਕੈਨ ਯੂ ਡਿਨਾਈ ਇਟ ਸਰ ਇਟ ਵਾਸ MP ਸਰ MP ਦਾ ਡਾਟਾ ਦੇ ਦਿਓ ਸਰ MP ਦਾ ਮੈਂ ਦੱਸ ਦਾਂਗਾ ਤੁਹਾਨੂੰ ਇੱਕ ਮਿੰਟ ਸਿਟੀ ਔਰ ਦਾ ਡਿਸਟ੍ਰਿਕਟ ਜਿੱਥੇ 100 rupees ਦਾ ਵੀ ਦੇ ਦਿਓ ਹਾਊ ਕੈਨ ਯੂ ਡਿਨਾਈ MP ਵੀ 100 rupees ਦੇ ਉੱਪਰ ਹੈ MP ਵੀ 100 rupees ਦੇ ਉੱਪਰ ਹੈ ਸਰ ਕੇਵਲ ਟਿੰਗਰਾ ਸਾਹਿਬ ਇੱਕ ਮਿੰਟ ਕੇਵਲ ਟਿੰਗਰਾ ਸਾਹਿਬ ਸਰ ਰਾਜੀਵ ਖੋਸਲਾ ਸਾਹਿਬ ਟਿੰਗਰਾ ਸਾਹਿਬ ਰੋਲਾ ਪਾਉਣ ਨਾਲ ਕੁਛ ਨਹੀਂ ਹੋਣਾ ਫੈਕਟ ਸ਼ੀਟ ਹੈਗੀ ਹੈ ਇਹ ਫੈਕਟ ਸ਼ੀਟ ਹੈ ਇਸ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਰਾਜਸਥਾਨ ਟੌਪ ਤੇ ਹੈ 36% ਦੇ ਨਾਲ ਰਾਜਸਥਾਨ ਟੌਪ ਤੇ ਇਸ ਲਿਸਟ ਵਿੱਚ 36% ਦੇ ਨਾਲ MP 33% ਹੈ MP 33% ਹੈ ਤੁਹਾਨੂੰ ਦੱਸ ਰਹੇ ਹਾਂ MP 33% ਵੈਟ ਹੈ ਸੁਣੋ ਤੁਸੀਂ ਸਰ ਸੈਂਟਰ ਦੀ ਐਕਸਾਈਜ਼ ਡਿਊਟੀ ਕਾਂਗਰਸ ਸਟੇਟਸ ਦੀ ਗੱਲ ਹੋ ਰਹੀ ਹੈ ਕਾਂਗਰਸ ਤੇ ਅਦਰ ਸਟੇਟਸ ਦੀ ਗੱਲ ਹੋ ਰਹੀ ਹੈ ਹੁਣ ਤੁਸੀਂ ਸੈਂਟਰ ਤੇ ਆ ਗਏ ਸਰ ਇੱਕ ਸਟੈਂਡ ਦਾ ਰੱਖੋ ਨਾ
राजीव गुदारा साहब सेंटर वधावे टैक्स या स्टेट वधावे? गुदारा साहब मार तो किसान ही पैनी है, सबर उस तक रखा जा रहा है कि हजे तीन कानूनों की मार हो चुकी है, होर इस भी वधा के देख लिए किन देर तक सबर रहा है? सर एक तो मेरी जानकारी में जो खबरें आ रही हैं खोसला साहब से, मैं वही निवेदन कर रहा था कि मध्य प्रदेश में और राजस्थान में रेट जो है उस 100 रुपए के पास पहुंच गए, दोनों में वही है। राइट सर, इसलिए सवाल कांग्रेस शासित और बीजेपी शासित का नहीं है, इसको भूल जाना चाहिए। अगर ये होता तो फिर किसी एक जगह एक तरह का रेट होता या लिमिट लगाई होती। सवाल यहाँ राज्य और केंद्र का है। केंद्र सरकार इतना ज्यादा टैक्स लगा देती है एक्साइज कि उसके बाद राज्य सरकारों को अपने पैसे अपनी इनकम के लिए अपनी आमदनी के लिए कुछ टैक्स लगाने का स्पेस घट जाता है, ये एक सवाल है। और केंद्र जो इस तरह राज्यों के अधिकारों को छीनती है और उसपे इतना ज्यादा एक तरफा दबाव डालती है, उसको देखना चाहिए कि केंद्र में राज्य पंजाब और हरियाणा करने से नहीं चलेगा, राजस्थान और एमपी भी बराबर है वो करने से नहीं चलेगा। बेसिक सवाल पे जाना चाहिए। सवाल ये है, वैसे तो मुझे बीजेपी के साथियों जो कहा उसमें कुछ ऐसा लगता नहीं कि उसका कोई जवाब भी देना चाहिए, पर मैं इसके आगे जाके सवाल कर रहा हूं। हमारी सरकार ने कोरोना के दौरान एक पूरा पैकेज दिया, वित्त मंत्री ने कई दिन तक प्रेस कॉन्फ्रेंसेस की और बताया कि इतना पैसा यहां जाएगा, इतना पैसा यहां जाएगा, इतना वहां से लोन मिल जाएगा, इतना ये हो जाएगा। उन्होंने कोई ऐसा पैसा अपने पास से नहीं दिया था, कौन किसको दे देगा और लोन कहां से मिल जाएगा सब बताया था। अगर आज देश की इकोनॉमी इतनी खतरनाक हालत में है कि देश की सुरक्षा के लिए देश के दूसरे कामों के लिए टैक्स जो है एक्साइज जो है 180% तक ले जाना है, कल को ये कहेंगे अब तो और झूठ पड़ गई और वो 300% ये ले जाएंगे तो क्या जनता पूछेगी नहीं? और क्या वित्त मंत्री का फर्ज नहीं बनता कि आज देश की आर्थिक हालत के बारे में उसी तरह से प्रेस कॉन्फ्रेंसेस करें? और प्रेस कॉन्फ्रेंसेस वो नहीं हो जिसमें मोनोलॉग हो, जिसमें सवाल भी हो, जिसमें बात भी हो, और इस तरह का एक गंभीर विमर्श क्यों नहीं पैदा करना चाहते? वही सबसे बड़ा सवाल है। और ये सबसे बड़ी छूट मिली हुई है सरकारों को, इस किसान आंदोलन ने वही संदेश दिया है कि अब ऐसे नहीं चलेगा। जैसे भारतीय जनता पार्टी के प्रवक्ता यहाँ बात कर रहे थे, उनको पूरे पाकिस्तान के पेट्रोल के रेट का जिक्र करने पे उनको पाकिस्तान पाकिस्तान गूंजने लगता है। उनकी ये साजिशें मैं बहुत सोच समझ के कह रहा हूँ, इस तरह की वाहियात साजिशें जो है इससे देश की किसी भी राजनीतिक पार्टी को, देश की सत्ता में बैठी पार्टियों का दायित्व और ज्यादा है। उनको बाहर जाना चाहिए, देश उनको देख रहा है, उनके इन कारनामों को भी देख रहा है, उनके झूठ को भी देख रहा है। इसलिए सत्ता में है तो सत्ता में होने के नाते वाजपेयी ने कभी मोदी जी को 2002 में कहा था, राजा जी आपको याद दिला रहा हूं, उन्होंने कहा था कि मुख्यमंत्री राजधर्म निभाए। राजधर्म का दूसरा हिस्सा ये भी है कि सरकारें जनता को बताएं कि क्या है सरकार वित्त मंत्री असल पोजीशन की है, दसना चाहिए। ठीक, किस राज्य का कितना ठीक है, किस राज्य का कितना जीएसटी हमारी तरफ ड्यू है जो उन्होंने नहीं दिया? ठीक है, एक एक छोटा ब्रेक ले रहे हैं, एक छोटा सा ब्रेक लेके हम वापस आ रहे हैं। हमें कितनी इनकम चाहिए तो हम कहां से पैसा लाएं? राइट राइट राइट, मैं वापस आ रहा, एक छोटा सा ब्रेक लेके वापस आ रहा है, ब्रेक लेके वापस आके यही समझने की कोशिश करेंगे। ये सारा कुछ जड़ा है, ये सीधा सीधा सिस्टम सिर्फ इन्ना ही है कि सरकारों ने टैक्स बढ़ा दिता है। इस सब के विचाले जिसकी बार बार गल आती है कि विचोलगी खत्म होनी चाहिए, यह सवाल जड़ा है वो लगातार उठता है। पेट्रोल डीजल नू जीएसटी के दायरे में ले जाने की भी मंग जी है लगातार उठती रही है, उससे सरकार जड़ा है कदों कोई कंक्रीट जवाब देगी, इसका इंतजार भी सबनों। इस सवाल का जवाब लभांगे छोटे जे ब्रेक तो बाद। सवाल जिहड़ा हैगा सिर्फ एको पूछ रहे हैं कि तेल तो गैस तक दीआं वधदीआं कीमतां दे पिछे असल खेड जिहड़ा हैगा वो है की है? ब्रेक ते जाण तो पहले जिहड़ी गल चल रही सी फाइनैंस मिनिस्टर की, गल हो रही सी फाइनैंस मिनिस्टर नूं प्रैस कॉन्फ्रेंस करनी चाहिए है, गल करनी चाहिए है, यह दसना चाहिए है कि यह पोजिशन क्यों है। पर वसीम राजा साहब साढ़े फाइनैंस मिनिस्टर नूं जदों ये पुछदे हैं कि गंडियां की कीमतां किन्नियां वध गईआं ने, तां उह तां प्रैस के सामने भी जवाब दे दिंदे कि मैं तां गंडे खांदी होई नहीं। हुण उन्हां नूं ये सवाल पूछ लिए कि पेट्रोल डीजल दीआं कीमतां क्यों वध रहीआं ने? बड़ी अच्छी गल की पेट्रोल डीजल जीएसटी के दायरे च क्यों नहीं लिया जा रहा, तो सारे पता कि जो जीएसटी देश के अंदर लागू किया जा रहा है उस वेले देश के दे सारे ही मुख्य मंत्रियों ना प्राइम मिनिस्टर दी फाइनेंस मिनिस्टर दी बैठक हुई। उस बैठक दे विच देश दे विच सारे मुख्य मंत्रियों ने इतराज जताया कि जे असीं जीएसटी लागू करांगे अपने स्टेट दे विच पेट्रोल ते डीजल नूं जीएसटी दे दायरे दे विच नहीं लिया जाएगा, इहनूं जीएसटी तो बाहर रखा जाएगा, उस तो बाद जीएसटी लागू कीता जाएगा। ये सारे मुख्य मंत्रियों दी सारे स्टेटां दी मंग सी। यानी वसीम राजा साहब दोवां ने रल के तैयारी कीती सी भी आम आदमी दी जेब ते जिहड़ा हैगा डाका दोवें रल के पाणगे।
गरीब दे कल्याणकारी स्कीमां दे विच ही खर्च किया जा रहा है। गरीब नूं किते ना किते एक पासे टैक्स जिहड़े टैक्स दे रूप दे विच सरकार वसूलदी आ उहनूं वापस सरकार देश दी जनता दे उत्ते ही डेवलपमेंट दे उत्ते ते गरीब जनता दे उत्ते ही खर्च करदी आ। अज देश दे अंदर बहुत सारी स्कीमां जिहड़ियां नवीं चल रही उह किते ना किते लोकां नूं लाभकारी ते लाभदायक लाभ पहुंचा रही ने। इह आपां इह नहीं कह सकते। वसीम राजा साहब थोड़े दिन पहलां दा बयान है सर, वसीम राजा साहब थोड़े दिन पहले का पेट्रोलियम मिनिस्टर का बयान है, धर्मेंद्र प्रधान का बयान है, एजेंसीज़ नूं उन्होंने बयान दिता न्यूज़ एजेंसीज़ नूं कि असी तो अपने वालों रिकमेंड कर चुके हैं पेट्रोल डीजल नूं जीएसटी के दायरे में लिया जाए, कौंसिल ने डिसीजन लेना है। पार्टी के अंदर सरकार के अंदर भी आपस में वितकरा है इस गल नूं लैके कि इस की गल मनीए इस की गल ना मनीए। देखो देखो पेट्रोलियम मिनिस्टर ने जो रिकमेंड करना वो रिकमेंड करना, बाकी जो फैसले जो लेने जीएसटी काउंसिल ने लेने, जीएसटी काउंसिल की बैठक फैसले होंगे सारी चीजा फाइनेंशियल जी जी जो भी पोजीशन बनती है फाइनेंशियल डिस्कशन दे विच। राजीव गोदारा सिमिलर उसे तरीके है कि खेती कानून के जो रिकमेंडेशन है खेतीबाड़ी मंत्री करते हैं पर फाइनल डिसीजन जो है कितों होर होंगे। राजीव गोदारा नहीं नहीं इस तरह नहीं, एक मिनट राजीव गोदारा पूछना है। राजीव गोदारा साहब देखो राजीव गोदारा साहब ये सिचुएशन उस तरीके घुमाई जा रही है। सर मैं तो बड़ा हैरान हतप्रभ हैगा, मैं समझ नहीं आ रही कि साथी इतनी गल कैसे कर पाते ने कि जरा बाद च इन्हों बैठ के टीवी ते जो हट जाते ने उदो लगता नहीं कि असीं की बोल रहे सी। ये कह रहे ने कि जिहड़ा हुण जिन्ना टैक्स वध रहे ने इह तां देश दी लोड़ है तां वापस तुहानूं ही मिल जाणा है, तुसीं क्यों ना पाई जी इन्हां टैक्स दा तुसीं पैसा देई जाओ, इह कह रहे ने। हुण इस तों बाद कोई बहस करन दी जां चर्चा करन दी उम्मीद बचदी है? सरकार दी असल च स्थिति है सरकार चर्चा नहीं करदी, सरकार कुछ जुमले तरह तरह दे उछालदी है, उहदे प्रवक्ता उसे नूं चुक के अगे तुर पैंदे ने, ऐसे तरह किसान कानूनां बारे उछालदी है, ऐसे तरह पेट्रोलियम दे जिहड़े रेट्स ने इहदे बारे उछाल रही है, ना ही सिर्फ इन्ना देश की इकोनॉमी बारे भी इस तरह की गल कर देंगे ने। जो बोल रहे थे वसीम राजा जी, राजीव खोसला जी सिर हिला रहे थे, वो इकोनॉमिस्ट ने वो दसनगे क्यों हिला रहे थे। बिल्कुल बिल्कुल ना लगा कि ये अचानक कह देना देश के जी समस्या इस तरह ठीक है, फिर यह भी कह देना सारे स्टेट्स ने मना करता जीएसटी लागू करने तो पेट्रोल वगैरह से, हुण मंत्री ने कहता मंत्री का कम है बाकी कौंसिल करेगी, आखिर च देश के फैसले किवें होणगे जे अल्टीमेटली सरकार ही चाहती है ने। सर अल्टीमेटली की है, अल्टीमेटली जनहित है, जिस तरह करके लोगों के पेट्रोल डीजल के टैक्स घट किया जा सके, लोगों को सस्ता मिल सके, जिदे नाल इहदे नाल जिहड़ी महंगाई बढ़ रही है उहते रोक लग सके, जनहित दे विच इहदा फैसला लिया जा सके, वो सुनिश्चित करना कम किदा है ये कह के दायित्व तो मुक्त नहीं होया जा सकता कि हुण फैसला कौंसिल करेगी। कौंसिल दे विच कोई बाहरों बंदे आके नहीं बैठे, कौंसिल दे विच बणी है, कौंसिल दे विच वी इत्थों दे बंदे बैठे ने। ऐसे करके मैं क्या ये पारदर्शिता क्यों नहीं, वसीम राजा जी क्यों नहीं कहते जो केवल डिंगरा साहब राइट सर राइट सर वित्त मंत्री भी वही सारी गल्लां कहना चाहते ने राइट, वो कह देण कि साडी पोजीशन है पेट्रोल सप्लाई कर रही है या नहीं कर रही, एक तो सवाल यह है, ठीक है। दूजा किन्ने रुपए च कर रही है, ये चीज राजीव गोदारा जी तो अपना खोसला साहब कि नाम अपना खोसला साहब तो क्लियर कर लेने, ठीक है पेट्रोल का यह सिस्टम उदों तां रेट घट सीगा, हुण उहदा डबल रेट हो गया, ते सत्त सालां दे विच इहो जिहा की करता इस सरकार ने कि उहदा रेट डबल करते। और दूजी गल इह है जिहड़ी जिहड़ी इस टाइम ते सिलेंडर दी गल है, ਤੁਸੀਂ ਇਹ ਦੇਖੋ ਜਿਸ ਟਾਈਮ ਤੇ 2014 ਤੋਂ ਪਹਿਲਾਂ ਸਿਲੰਡਰ ਦਾ ਰੇਟ 300 ਰੁਪਏ ਸੀਗਾ, ਅੱਜ ਸਿਲੰਡਰ ਦਾ ਰੇਟ 800 ਰੁਪਏ ਹੈ, ਤੇ ਉਹ ਤਾਂ ਡਬਲ ਤੋਂ ਵੀ ਵੱਧ ਹੋ ਗਿਆ, ਡਬਲ ਤੋਂ ਵੀ ਜ਼ਿਆਦਾ, 300 ਦਾ 600, 600 ਤੋਂ 800।
जीएसटी काउंसिल विच जदों डिसाइड हुंदा है कि पेट्रोल डीजल नूं असीं जीएसटी दे दायरे विच नहीं रखांगे, उत्थे कांग्रेस दी सरकारां वी यस करदियां ने। हां जी बिल्कुल, लेकिन लेकिन एक गल सुनो, जे उत्थे कांग्रेस दी सरकार ने किसी ने यस कीता ते मोदी जी ना मनन, मोदी जी क्यों मान लेंदे फिर? नहीं पर सर, तुम डिमांड कर सकते हो ना, उद्दा कहने सर, तुम डिमांड कर सकते हो ना, काम किया है सर, डिमांड कर सकते हो, काम कर रहे हो सर। सर सवाल एक ही है ना, टिंगरा साहब कर रहे हो, टिंगरा साहब सवाल एक थे, तुम कांग्रेस की गल्ला मान रहे हो? नहीं सर, नहीं सवाल इथे सर एक ही है सर, सवाल सुनो, सवाल इथे ये भी है कि ओपोजिशन जिहड़ी हैगी है उसके कमजोर होने की वजह करके पोजिशन बनी है? खोसला साहब तो समझने की कोशिश करांगे जिहड़ा सवाल एकता टिंगरा साहब ने पूछा उस सवाल का जवाब भी लवेंगे, नाल ही ये भी समझांगे कि जीएसटी वाला जो रौला है कि सिर्फ इतने तक गल सीमित है या कारपोरेट को फायदा पहुंचाने की कोशिश हो रही है, इस पास से भी इशारा जो हो रहा है उसके कि सच्चाई हैगी है। छोटे जे ब्रेक तो बाद छेती वापस आ रहे हैं कि तेल तो लैके गैस तक जी वधियां कीमतां ने उस पिछे असली खेड की हैगा, तो खास पैनल लगातार साडे नाल मौजूद है। खोसला साहब थोड़े को मैं जानना चाहूँगा, ये जो सिनेरियो सीगा उसके कई सारे सवाल उठे, केवल टिंगरा साहब ये जानना चाह रहे हैं कि जो कारपोरेट कराना है रिलायंस जी कंपनियां ने वो इंटरनेशनल लैवल से किन्नी कंट्रीज़ में सप्लाई कर रही है तेल की, एक तो ये पर उस ही मैं ऐड ऑन करना चाहवागा सवाल कि सिर्फ जीएसटी तक का खेड हैगा या कारपोरेट को लाभ पहुँचाने वाली जी कोशिश हैगी भी कितना कितने इनवॉल्व हैगी? खोसला साहब मेरी आवाज़ आ रही है थोड़ी तक? राजीव खोसला साहब मेरी आवाज सुन पा रहे हो? नहीं सुन पा रहे सर। गगन भाई एक सवाल मेरा भी है। जी जी गुजर साहब, मैं ये कहना चाह रहा था जो पूरी गलबात चल रही है ना कि स्टेट्स नहीं मान दिया ऐस करके केंद्र की करे, ऐस करके काउंसिल की करे, फलाना की करे, कि सारी स्टेट्स ये मान दिया ने कि केंद्र सरकार डीजल दे पेट्रोल दे इतना एक्साइज ला दे ਜੇ ਤੁਸੀਂ ਦੇਸ਼ ਦੇ ਲੋਕਾਂ ਦੀ ਗੱਲ ਸੁਣ ਲਈ ਦੇਸ਼ ਦੇ ਸਟੇਟਸ ਦੀ ਟੈਕਸ ਐਕਸਾਈਜ਼ ਲਾਣ ਲੱਗੇ ਆ ਇਹਦਾ ਰੇਟ ਲਾਣ ਲੱਗੇ ਆ ਜਿੰਨਾ ਹਾਈ ਹਾਇਰ ਲੈਵਲ ਤੇ ਕਿ ਕਿਤੇ ਉਹ ਤੇ ਕਰਨ ਲੱਗੇ ਨਹੀਂ ਸੁਣਦੇ ਤੇ ਫਿਰ ਤੁਸੀਂ ਕੌਂਸਲ ਦੀ ਸੁਣੋਗੇ ਕਿ ਕੌਂਸਲ ਜਿਹੜੀ ਹੈ ਇਹ ਪੂਰੀ ਰਾਜ ਵਿਵਸਥਾ ਪੂਰੇ ਪ੍ਰਸ਼ਾਸਨਿਕ ਢਾਂਚੇ ਤੋਂ ਪਰੇ ਜੇ ਹੁਣ ਦੀ ਸਥਿਤੀ ਚ ਪਰੇ ਹੈ ਤੇ ਕੀ ਲੋਕਾਂ ਦਾ ਸਾਹ ਦੇਣ ਵਾਸਤੇ ਤੁਸੀਂ ਉਹਨੂੰ ਚੇਂਜ ਨਹੀਂ ਕਰ ਸਕਦੇ ਉਹਦੇ ਚਮੋਦੇ ਕੀ ਮਤਲਬ ਅੰਤਿਮ ਹੋ ਗਿਆ ਆਖਿਰ ਸਵਾਲ ਕੀ ਹੈ ਅਚਾਨਕ ਇਹ ਕਹਿ ਦੇਣਾ ਕੇਂਦਰ ਨੂੰ ਇਹ ਸਰਕਾਰ ਕਿੰਨੇ ਸਾਰੇ ਸਟੇਟ सवाल उठा सी जीएसटी लैके और जीएसटी कारपोरेट कंपनी लैके जी मल्टीनेशनल कंपनी ने दूजे देशों को सप्लाई कर रही ने, एक तो टिंगरा साहब यह जानना चाह रहे थे कि रिलायंस किन्ने कंट्रीज को सप्लाई कर रही है उसके बारे कोई जानकारी हैगी, और दूजा ये कि सिर्फ जीएसटी तक की खेड है एक्साइज तक की खेड है या कारपोरेट को लाभ पहुंचाने की भी खेड हैगी? इसके गगन जी रेट कितना ओदा जेड़ा सप्लाई करे कितने पैसे? खुशवा साहब सर पहला तो जेड़ा जीएसटी के ऊपर सवाल आया ना, जीएसटी की अपना गल करिए, जीएसटी ते केंद्र सरकार नहीं चाहती कि तेल जेड़ा है जीएसटी दे विच आवे। मैनूं लगता है कि मेरी आवाज थोड़े तक पहुंच रही है? बिल्कुल आ रही है सर, बिल्कुल आ रही है, एक्नॉलेज कर देना सर। जी सर बिल्कुल आ रही है, ठीक है जी। जेड़ा पेट्रोल दे उत्ते 180% जेड़ा केंद्र ते सूबाई सरकारां लै रहीयां ने, डीजल दे उत्ते जेड़ा है 140% केंद्र ते सूबाई सरकारां लै रहीयां, ये दोनों सरकारां जेड़ियां फेल हो जाणगीयां जे पेट्रोल और डीजल जीएसटी दे अंडर आ गया, क्योंकि जीएसटी दी सब तो वड्डी जेड़ी स्लैब 28% दी है, तो इस करके दोनों ही सरकारां कोई भी सूबाई सरकार वेदर इट इज द गवर्नमेंट ऑफ द बीजेपी और द लेफ्ट और द कांग्रेस या उड़ीसा तेलंगाना वाले कोई नहीं चाहता कि ये जीएसटी तो जीएसटी दे विच तेल आवे, इट इज दैट कैश काउ फॉर देम जेड़ा इन्हां नूं लगातार तेल पैसा दिंदा मालिया दिंदा। एक चीज
ਦੂਜੀ ਚੀਜ਼ ਜਿਹੜੀ ਜਿਹੜੀ ਬੀਜੇਪੀ ਦੇ ਪ੍ਰਵਕਤਾ ਨੇ ਚੱਕੀ ਹੈਗੀ ਹੈ, ਉਹਨਾਂ ਨੇ ਗੱਲ ਕੀਤੀ ਕਿ ਸਰਕਾਰ ਜਿਹੜਾ ਪੈਸਾ ਇਕੱਠਾ ਕਰਕੇ ਤੇ ਡਿਵੈਲਪਮੈਂਟ ਦੇ ਉੱਤੇ ਲਾ ਰਹੀ ਹੈ, ਵਿਕਾਸ ਦੇ ਉੱਤੇ ਲਾ ਰਹੀ ਹੈ। ਇੱਕ ਛੋਟੀ ਜਿਹੀ ਮੈਂ ਤੁਹਾਨੂੰ ਇਗਜ਼ਾਮਪਲ ਦਿੰਦਾ, ਇਸ ਵਾਰੀ ਦਾ ਬਜਟ ਆਇਆ, ਬਜਟ ਦੇ ਵਿੱਚ ਪੀਐਮ ਕਿਸਾਨ ਦੇ ਵਿੱਚ 75,000 ਕਰੋੜ ਚੋਂ ਜਿਹੜਾ ਹੈ ਉਹ ਜਿਹੜਾ ਪੈਸਾ ਜਾਣਾ ਸੀ ਉਹਦੀ ਐਲੋਕੇਸ਼ਨ 65,000 ਕਰੋੜ ਕਰਤੀ ਹੈ। ਪ੍ਰਾਈਮ ਮਿਨਿਸਟਰ ਇੰਪਲੋਇਮੈਂਟ ਗਰੰਟੀ ਪ੍ਰੋਗਰਾਮ ਤੇ ਘਟਾਤਾ, ਐਜੂਕੇਸ਼ਨ ਸੈਕਟਰ ਦੇ ਉੱਤੇ 99,312 ਕਰੋੜ ਸੀਗਾ ਜਿਹੜਾ ਹੁਣ 93,000 ਕਰੋੜ ਤੇ ਆ ਗਿਆ। ਪੈਟਰੋਲੀਅਮ ਸਬਸਿਡੀ 38,000 ਕਰੋੜ ਤੋਂ 12,000 ਕਰੋੜ ਤੇ ਆ ਗਈ ਹੈ। ਖੇਲੋ ਇੰਡੀਆ 890 ਕਰੋੜ ਤੋਂ 658 ਕਰੋੜ ਤੇ ਆ ਗਈ ਹੈ। ਇਹ ਕਿਹੜੀ ਡਿਵੈਲਪਮੈਂਟ ਵੱਲ ਨੂੰ ਜਾ ਰਹੇ ਹੈ, ਕਿਹੜੀ ਕਿੱਥੇ ਪੈਸਾ ਜਾ ਰਿਹਾ, ਉਹ ਬਿਗ ਕੁਐਸਚਨ ਮਾਰਕ ਔਨ ਦੈਟ ਕਿ ਕਿਹੜੀ ਡਿਵੈਲਪਮੈਂਟ ਦੇ ਲਈ ਪੈਸਾ ਜਾ ਰਿਹਾ। ਸਰਕਾਰ ਦੇ ਕੋਲ ਇਸ ਵੇਲੇ ਬਿਲਕੁਲ ਚਲਾਉਣ ਦੇ ਲਈ ਕੋਈ ਪੈਸਾ ਨਹੀਂ ਹੈ, ਇਸ ਕਰਕੇ ਜੇ ਡਿਵੈਲਪਮੈਂਟ ਦੇ ਲਈ ਪੈਸਾ ਜਾਣਾ ਤਾਂ ਕੇਂਦਰ ਸਰਕਾਰ ਨੇ ਡਿਵੈਲਪਮੈਂਟ ਥੋੜ੍ਹ ਨਾ ਕਰਨੀ ਹੈ, ਕੇਂਦਰ ਉਹ ਤਾਂ ਸੂਬਾਈ ਸਰਕਾਰਾਂ ਨੇ ਕਰਨੀ ਹੈ। ਕੇਂਦਰ ਸਰਕਾਰ ਨੇ ਤਾਂ ਐਲੋਕੇਟ ਕਰਨੀ ਹੈ ਫੰਡਸ ਔਰ ਰਸਤਾ ਦਿਖਾਉਣਾ ਜਿਹਦੇ ਨਾਲ ਜਿਹੜੀਆਂ ਸੂਬਾਈ ਸਰਕਾਰਾਂ ਨੇ ਉਸ ਪੈਸੇ ਨੂੰ ਖਰਚ ਸਕਣ। ਚਲਾਉਂਦੀਆਂ ਨੇ ਕਿਤੇ ਉਹ ਵੀ ਪ੍ਰਾਈਵੇਟਾਈਜ਼ ਨਾ ਹੋ ਜਾਣ, ਸਾਨੂੰ ਇਸ ਚੀਜ਼ ਦਾ ਵੀ ਖਦਸ਼ਾ ਸੀ ਇਸ ਵਾਰੀ ਕਿ ਜੋ ਹਾਲਾਤ ਜਿਸ ਹਾਲਾਤ ਦੇ ਵਿੱਚ ਜੋ ਬੈਂਕਰਪਟ ਸੀ ਸਰਕਾਰ ਦੀ ਹੋਈ ਹੋਈ ਹੈ। ਤੁਸੀਂ ਬੈਂਕਾਂ ਦੇ ਵਿੱਚ ਇੰਨਾ ਪ੍ਰੋਫਿਟ ਨਾਨ ਪਰਫਾਰਮਿੰਗ ਐਸੈਟ ਖੜਾ ਹੋ ਗਿਆ, ਤੁਸੀਂ ਬੈਂਕਾਂ ਦੀ ਮੋਨੇਟਾਈਜੇਸ਼ਨ ਦੇ ਲਈ ਕਿੰਨਾ ਪੈਸਾ ਰੱਖਿਆ, 20,000 ਕਰੋੜ ਰੁਪਈਆ, ਸਭ ਨੂੰ ਪ੍ਰਾਈਵੇਟਾਈਜ਼ ਕਰ ਦੇਣਾ। ਕਿਹੜੇ ਵਿਕਾਸ ਦੀ ਗੱਲ ਹੋ ਰਹੀ ਹੈ, ਕਿਸ ਚੀਜ਼ ਦਾ ਵਿਕਾਸ ਹੋ ਰਿਹਾ, ਕਿਆ ਪ੍ਰਾਈਵੇਟ ਵਾਲਾ ਆ ਕੇ ਵਿਕਾਸ ਕਰੇਗਾ, ਬੈਂਕ ਪ੍ਰਾਈਵੇਟ। ਹੁਣ ਜਿਹੜੀ ਲੇਟੈਸਟ ਜਿਹੜੀ ਗੱਲ ਚੱਲੀ ਹੈ ਕਿ ਚਾਰ ਜਿਹੜੇ ਹਰ ਸੈਕਟਰ ਦੇ ਵਿੱਚ 4 ਇੰਸਟੀਟਿਊਸ਼ਨਸ ਪਬਲਿਕ ਸੈਕਟਰ ਦੇ ਰਹਿਣਗੇ, ਜਨਤਕ ਅਦਾਰੇ ਖਤਮ ਕਰ ਦਿਓ, ਸਾਰਾ ਪ੍ਰਾਈਵੇਟ ਖੇਤਰ ਦੇ ਵਿੱਚ ਲਿਓ। ਡਿਵੈਲਪਮੈਂਟ ਕੀ ਪ੍ਰਾਈਵੇਟ ਖੇਤਰ ਦੀ ਕਰ ਰਹੇ ਹਾਂ ਅਸੀਂ ਕਿ ਪਬਲਿਕ ਸੈਕਟਰ ਦੀ ਕਰ ਰਹੇ ਹਾਂ, ਕਿੱਥੇ ਉਹ ਪੈਸਾ ਜਾ ਰਿਹਾ, ਬਿਗ ਕੁਐਸਚਨ ਮਾਰਕ ਔਨ ਦੈਟ। ਰਾਈਟ, ਦੇਅਰ ਆਰ ਦ ਮਿਸਪਲੇਸਡ ਅਪੋਰਚੁਨਿਟੀਜ਼ ਆਲ ਟੁਗੇਦਰ ਓਵਰ ਸੈਂਟਰਲ ਗਵਰਨਮੈਂਟ। ਗਗਨ ਜੀ ਮੇਰੇ ਸਵਾਲ ਦਾ ਆਨਸਰ ਲਓ। ਮੈਂ ਸਵਾਲ ਦਾ ਜਵਾਬ ਲੈਣਾ। ਢੀਂਗਰਾ ਸਾਹਿਬ ਨੇ ਸਰ ਇੱਕ ਸਵਾਲ ਪੁੱਛਿਆ ਸੀਗਾ, ਉਸਦੇ ਬਾਰੇ ਕੋਈ ਇਨਫੋਰਮੇਸ਼ਨ ਹੈਗੀ ਹੈ ਰਿਲਾਇੰਸ ਦੇ ਬਾਰੇ ਰਿਗਾਰਡਿੰਗ? ਚਲੋ, ਢੀਂਗਰਾ ਸਾਹਿਬ ਉਹਨਾਂ ਦੇ ਕੋਲ ਇਨਫੋਰਮੇਸ਼ਨ ਨਹੀਂ ਹੈਗੀ, ਇਸ ਕਰਕੇ ਉਹ ਜਵਾਬ ਨਹੀਂ ਦੇ ਪਾ ਰਹੇ। ਪਰ ਉਹਨਾਂ ਨੇ ਜਿਹੜੀ ਗੱਲ ਕਹੀ ਹੈ, ਵਸੀਮ ਰਜਾ ਸਾਹਿਬ ਜਿਹੜੇ ਦਾਅਵੇ ਤੁਸੀਂ ਕਰ ਰਹੇ ਸੀਗੇ, ਸਰਕਾਰ ਦਾ ਪੈਸਾ ਜਿਹੜਾ ਹੈਗਾ ਲੋਕਾਂ ਦੇ ਉੱਤੇ ਖਰਚ ਕਰੀ ਹੈ, ਫੈਕਟ ਦੇ ਨਾਲ ਗੱਲ ਜਿਹੜੀ ਹੈਗੀ ਉਹ ਤੁਹਾਡੇ ਸਾਹਮਣੇ ਆ ਚੁੱਕੀ ਹੈ, ਕੀ ਕੁਛ ਪ੍ਰਤੀਕਰਮ ਦੇਣ ਦੀ ਪੋਜੀਸ਼ਨ ਵਿੱਚ ਹੈਗੇ ਹੋ ਤੁਸੀਂ? ਦੇਖੋ, ਇੱਕ ਗੱਲ ਤਾਂ ਜਿਹੜੀ ਇਹਨਾਂ ਨੇ ਗੱਲ ਰੱਖੀ ਆ ਕਿ ਬਈ ਸਾਰੇ ਪਾਸੇ ਜਿਹੜਾ ਇਹਨਾਂ ਦੇ ਅੰਕੜਾ ਦੱਸਿਆ ਕਿ ਬਜਟ ਦੇ ਵਿੱਚ ਪਹਿਲਾਂ ਨਾਲੋਂ ਇਸ ਵਾਰੀ ਹਰ ਫੀਲਡ ਦੇ ਵਿੱਚ ਕੁਛ ਨਾ ਕੁਛ ਡਿਡਕਸ਼ਨ ਹੋਈ ਆ, ਕੁਛ ਨਾ ਕੁਛ ਘੱਟ ਕੀਤਾ ਗਿਆ, ਘਟਾਇਆ ਗਿਆ। ਇਹਦਾ ਰੀਜ਼ਨ ਇਹ ਆ ਕਿ ਅੱਜ ਪੂਰੇ ਸਿਰਫ ਆਪਣੇ ਇੰਡੀਆ ਦੀ ਹਾਲਾਤ ਨੇ, ਪੂਰੇ ਵਰਲਡ ਵਾਈਡ ਜਿਹੜਾ ਰੈਵਨਿਊ ਆਉਣਾ ਸੀ, ਜਿਹੜਾ ਟੈਕਸ ਕਲੈਕਸ਼ਨ ਹੋਣਾ ਸੀ, ਅਕੋਰਡਿੰਗ ਸਰਕਾਰ ਪਾਲਿਸੀ ਤੇ ਬਜਟ ਕਿਹਦੇ ਉੱਤੇ ਬਣਾਉਂਦੀ ਆ? ਸਰਕਾਰ ਨੇ ਬਜਟ ਜਿਹੜਾ ਬਣਾਉਣਾ ਉਹ ਆਪਣੇ ਰੈਵਨਿਊ ਦੇ ਉੱਤੇ ਬਣਾਉਣਾ। ਇਸ ਕੋਰੋਨਾ ਦੇ ਕਾਲ ਦੇ ਵਿੱਚ, ਕੋਰੋਨਾ ਪੀਰੀਅਡ ਦੇ ਵਿੱਚ ਪੂਰੀ ਦੁਨੀਆ ਦੀ ਇਕਨੋਮਿਕ ਡਾਊਨ ਆਈ, ਜਿਹੜਾ ਜਿਹੜਾ ਟੈਕਸ ਜਿਹੜਾ ਕੁਲੈਕਟ ਹੋਣਾ ਸੀ, ਜਿਹੜਾ GST ਕੁਲੈਕਟ ਹੋਣਾ ਸੀ, ਤੁਸੀਂ ਆਪ ਦੇਖ ਰਹੇ ਹੋ ਇਸ ਸਾਲ ਦਾ ਕੁਲੈਕਸ਼ਨ ਤੇ ਪਹਿਲਾਂ ਦੇ ਕੁਲੈਕਸ਼ਨ ਦੇ ਵਿੱਚ ਕਾਫੀ ਡਾਊਨਫਾਲ ਆਇਆ ਕੁਲੈਕਸ਼ਨ ਦੇ ਵਿੱਚ। ਪਿਛਲੇ ਸਾਲ 1.74 ਲੱਖ ਕਰੋੜ ਦਿੱਤਾ ਸੀ, ਐਤਕੀ 1.96 ਲੱਖ ਕਰੋੜ ਰੁਪਇਆ ਦਿੱਤਾ ਸਰਕਾਰ ਨੇ। ਬਿਲਕੁਲ, GST ਦੀ ਕੁਲੈਕਸ਼ਨ ਹੈ, GST ਦੇ ਕੁਲੈਕਸ਼ਨ ਦੇ ਵਿੱਚ ਕਿੰਨਾ ਘਟਿਆ GST ਜੀ? ਸਰ ਆਇਲ ਕੰਪਨੀਆਂ ਦਾ ਤੁਹਾਨੂੰ ਦੱਸ ਦਿੱਤਾ ਹੈ ਨਾ, ਜਿਹੜੇ ਇਸ ਸਾਲ ਦੇ ਵਿੱਚ ਸਰ ਆਇਲ ਕੰਪਨੀਆਂ ਦਾ ਦੱਸ ਦਿੱਤਾ ਹੈ, ਬਾਕੀ ਚੀਜ਼ਾਂ ਦੇ ਵਿੱਚ ਵੀ ਜਿਹੜਾ ਹੈਗਾ ਇਨਕਰੀਸ ਹੋ ਰਹੀਆਂ ਨੇ। ਪੈਟਰੋਲ ਤੇ ਅਕੋਰਡਿੰਗ ਟੂ ਪੈਟਰੋਲ ਦਾ ਟੈਕਸ ਰੈਵਨਿਊ ਦਾ ਕਰ ਰਹੇ ਹੋ ਰੈਵਨਿਊ, ਤੁਸੀਂ ਆਪ ਦੇਖ ਰਹੇ 4 ਮਹੀਨੇ 3 ਮਹੀਨੇ ਲਗਾਤਾਰ ਪੂਰਾ ਮੁਲਕ ਬੰਦ ਰਿਹਾ, ਸਾਰੀ ਇੰਡਸਟਰੀ ਬੰਦ ਰਹੀ, ਸਾਰੇ ਸਿਸਟਮ ਠੱਪ ਰਿਹਾ। ਬਿਲਕੁਲ ਸਰ, ਉਸ ਦੇ ਉੱਤੇ ਤੁਸੀਂ 100 ਰੁਪਏ ਸਰ, ਠੀਕ ਹੈ ਸਾਰਾ ਮੁਲਕ ਬੰਦ ਰਿਹਾ, ਉਸ ਤੋਂ ਬਾਅਦ ਜਦੋਂ ਮੁਲਕ ਖੁੱਲਦਾ ਹੈ ਲੋਕਾਂ ਦੇ ਰੋਜ਼ਗਾਰ ਚੱਲ ਗਏ ਨੇ, ਤੇ ਤੁਸੀਂ ਉਹਨੂੰ ਫਿਰ 100 ਰੁਪਏ ਪਰ ਲੀਟਰ ਪੈਟਰੋਲ ਦਾ ਤੋਹਫਾ ਦੇ ਦਿੰਦੇ ਉੱਤੋਂ। ਉਹ ਵੀ 3 ਘੰਟੇ ਚ ਸਾਰਾ ਕੁਝ ਬੰਦ ਵੀ ਇਹਨਾਂ ਨੇ ਕੀਤਾ ਸੀ, ਸਿਰਫ 3 ਘੰਟੇ ਦੇ ਵਿੱਚ ਇਸੇ ਤਰ੍ਹਾਂ ਨੋਟਬੰਦੀ ਕੀਤੀ ਸੀ, ਇਸੇ ਤਰ੍ਹਾਂ ਹੁਣ ਵੀ ਕੀਤਾ ਸੀ ਲੋਕਡਾਊਨ। ਤਿਆਰੀ ਕਰਨ ਲੱਗੇ ਸੀਗੇ ਉਹ ਤਿਆਰੀ ਕਿਤੇ ਵੀ ਨਜ਼ਰ ਨਹੀਂ ਆਈ ਗਰਾਊਂਡ ਲੈਵਲ ਤੇ ਕੋਰੋਨਾ ਨੂੰ ਬੇਸਿਕਲੀ। ਹੁਣ ਜਿਹੜੀ ਇੱਕ ਡਿਸਕਸ਼ਨ ਹੈਗੀ ਹੈ ਇਹ ਹੈਗਾ ਕਿ ਕੋਰੋਨਾ ਨੂੰ ਸਿਰਫ ਇੱਕ ਐਕਸਕਿਊਜ਼ ਬਣਾ ਲਿਆ ਗਿਆ ਆਪਣੀ ਨਾਕਾਮੀਆਂ ਨੂੰ ਲੁਕਾਉਣ ਦੇ ਲਈ, ਇਹ ਇਲਜ਼ਾਮ ਸਿੱਧਾ ਸਿੱਧਾ ਸਰਕਾਰ ਤੇ ਲੱਗਦਾ। ਦੇਖੋ, ਕੋਰੋਨਾ ਦਾ ਫੈਕਟ ਤੇ ਹੈ, ਨਮਸਤੇ ਟਰੰਪ,
ਫੈਕਟ ਤਾਂ ਪਿਆ ਇਕਨੋਮਿਕ ਜਿਹੜੀ ਆ ਪੂਰੀ ਦੁਨੀਆ ਦੀ ਡਾਊਨ ਹੋਈ ਆ ਵੱਡੇ ਵੱਡੇ ਮੁਲਕ ਜਿਹੜੇ ਨਮਸਤੇ ਟਰੰਪ ਬਹੁਤ ਵੱਡੇ ਵੱਡੇ ਮੁਲਕ ਜਿਹੜੇ ਉਹ ਵੀ ਇਸ ਕਰੋਨਾ ਕਾਲ ਦੇ ਵਿੱਚ ਉਹਨਾਂ ਦੀ ਵੀ ਇਕਨੋਮਿਕ ਹਾਲਾਤ ਜਿਹੜੇ ਆ ਮਾੜੇ ਹੋਏ ਆ ਇਹਨੂੰ ਸਵੀਕਾਰ ਕਰਨਾ ਪਿਆ ਨਮਸਤੇ ਟਰੰਪ ਕੌਣ ਕਰ ਰਿਹਾ ਸੀ इस तो बाहर निकलने का सरकार दे कोल कोई राह हैगा या सरकार दा बिगेस्ट फेलियर इसनूं काउंट कर लिए कि इस तो अगे हालात सुधर नहीं सकते मैं अपने कमेंट्स भी दे रहा जिहड़ा तुसीं सवाल पुछिआ और एक गल होर भी तुहाडे ध्यान च लैके आउणा चाहुंदा जिहड़ा 2013-14 तों लैके जे असीं 2019-20 तक दे अंकड़े देखदे आं तां जिहड़ी साडी डिपेंडेंस है क्रूड ऑयल दे उत्ते जिहड़ा साडा इंपोर्ट है ਉਹ 83% ਤੋਂ 88% ਪਹੁੰਚ ਗਿਆ ਜਦਕਿ ਇਸ ਦੌਰਾਨ ਸਾਡੇ ਕੋਲ ਡੀਮੋਨੇਟਾਈਜੇਸ਼ਨ ਵੀ ਹੋਈ ਹੈ GST ਦੇ ਕਾਰਨ ਵੀ ਬ੍ਰੇਕ ਲੱਗੀ ਹੈ ਔਰ ਲੋਕਡਾਊਨ ਦੇ ਕਾਰਨ ਵੀ ਬ੍ਰੇਕ ਲੱਗੀ ਹੈ GDP ਸਾਡੀ ਜਿਹੜੀ ਹੈ ਨੀਚੇ ਗਿਰੀ ਹੈ ਤਾਂ ਜਿਹੜੀ ਡਿਪੈਂਡੈਂਸ ਹੈ ਉਹ ਕਿੱਥੇ ਜਾ ਰਹੀ ਹੈ ਦਾ ਮਤਲਬ ਅਸੀਂ ਕੋਈ ਐਕਸਪਲੋਰੇਸ਼ਨ ਤਾਂ ਕਰ ਨਹੀਂ ਰਹੇ ਆਪ ਤਾਂ ਅਸੀਂ ਕੁਛ ਕੀਤਾ ਨਹੀਂ ਇਸ ਤੋਂ ਸਿਰਫ ਸਰਕਾਰ ਜਿਹੜੀ ਹੈ ਬਾਹਰੋਂ ਦੀ ਲਿਆਉਣ ਦੇ ਲਈ ਗਰੋਥ ਇਹ ਨਹੀਂ ਕਿਹਾ ਜਾ ਸਕਦਾ ਕਿ ਗਰੋਥ ਦੇ ਕਰਕੇ ਅਸੀਂ ਬਾਹਰੋਂ ਇੰਪੋਰਟ ਜ਼ਿਆਦਾ ਕੀਤਾ ਸਰਕਾਰ ਜੇ ਗਰੋਥ ਹੋਈ ਹੁੰਦੀ ਤਾਂ ਨਜ਼ਰ ਆਉਂਦੀ ਗਰੋਥ ਨਹੀਂ ਆਈ ਠੀਕ ਠੀਕ ਦੂਸਰੀ ਚੀਜ਼ ਜਿਹੜੀਆਂ ਸੈਂਟਰ ਸਰਕਾਰ ਦੀਆਂ ਜਿਹੜੀਆਂ ਆਇਲ ਸਬਸਿਡੀਜ਼ ਨੇ 2014-15 ਦੇ ਵਿੱਚ 60,000 crore ਸੀਆਂ ਜਿਹੜੀਆਂ 38,500 crore ਰੁਪਈਆ ਆ ਗਈਆਂ 2019-20 ਦੇ ਵਿੱਚ ਜਿਸ ਦੇ ਬਾਵਜੂਦ ਸਰਕਾਰ ਤੇਲ ਕੰਪਨੀਆਂ ਦੇ ਵਿੱਚੋਂ ਦੀ ਔਰ ਤੇਲ ਦੇ ਵਿੱਚੋਂ ਦੀ ਐਕਸਾਈਜ਼ ਡਿਊਟੀਆਂ ਲਾ ਕੇ ਮੁਨਾਫਾ ਕਮਾ ਰਹੀ ਹੈ ਜਿਸ ਦਾ ਸਾਫ਼ ਮਤਲਬ ਹੈ ਕਿ ਤੇਲ ਦੇ ਰੇਟ ਜ਼ਿਆਦਾ ਹੁਣ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਕੀਤਾ ਕੀ ਜਾਣਾ ਚਾਹੀਦਾ ਸ਼ਾਰਟ ਟਰਮ ਦੇ ਵਿੱਚ ਜਿਹੜਾ ਕੰਮ ਹੋਣਾ ਚਾਹੀਦਾ ਉਹ ਤਾਂ ਹੈ ਵੀ ਸਰਕਾਰ ਦਾ ਜਿਹੜਾ ਆਪਣਾ ਖਰਚਾ ਉਹ 10,00,000 crore ਰੁਪਈਆ ਆਉਂਦਾ ਸਾਲਾਨਾ ਸਰਕਾਰ ਜਿਹੜਾ ਸਕਿਉਰਿਟੀ ਵਹੀਕਲਸ ਚੱਲਦੇ ਨੇ ਇੱਕ ਤਰ੍ਹਾਂ ਉਹਦੇ ਉੱਤੇ ਘਟਾਵੇ ਕਾਰ ਪੂਲਿੰਗ ਪਬਲਿਕ ਟਰਾਂਸਪੋਰਟ ਇਹ ਸ਼ਾਰਟ ਟਰਮ ਦੇ ਵਿੱਚ ਲੌਂਗ ਟਰਮ ਦੇ ਵਿੱਚ ਸੋਲਰ ਬੈਟਰੀ ਆਪਰੇਟਡ ਵਹੀਕਲਸ ਔਰ GST ਦੇ ਬਾਰੇ ਕੁਛ ਨਾ ਕੁਛ ਇਲਾਜ ਕਰਨਾ ਚਾਹੀਦਾ ਐਂਡ ਬਹੁਤ ਇੰਪੋਰਟੈਂਟ ਹੈ ਬਹੁਤ ਜ਼ਰੂਰੀ ਹੈ ਜੇ ਇਹ ਵਾਲਾ ਟਾਈਮ ਨਿਕਲ ਗਿਆ ਤਾਂ ਸਮੱਸਿਆ ਖੜੀ ਰਹੇਗੀ ਬਿਲਕੁਲ ਕੇਵਲ ਟਿੰਗਰਾ ਸਾਹਿਬ ਰਾਜੀਵ ਗੁਦਾਰਾ ਸਾਹਿਬ ਮੈਂ ਮਾਫੀ ਚਾਹਾਂਗਾ ਕਿਉਂਕਿ ਮੈਨੂੰ ਲਗਾਤਾਰ ਹਿਦਾਇਤ ਆ ਰਹੀ ਹੈ ਟਾਈਮ ਜਿਹੜਾ ਹੈਗਾ ਉਹ ਲਗਾਤਾਰ ਵੱਧਦਾ ਜਾ ਰਿਹਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਚਰਚਾ ਵਿੱਚ ਸ਼ਾਮਿਲ ਹੋਣ ਲਈ ਗੁਦਾਰਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਟਿੰਗਰਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵਸੀਮ ਰਾਜ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਾਜੀਵ ਖੋਸਲਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਚਰਚਾ ਵਿੱਚ ਸ਼ਾਮਿਲ ਹੋਣ ਦੇ ਲਈ ਸੋ ਸਮਝਣ ਦੀ ਗੱਲ ਸਿਰਫ ਇੰਨੀ ਹੈਗੀ ਹੈ ਕਿ ਸਰਕਾਰਾਂ ਦੀ ਜਿਹੜੀ ਲੜਾਈ ਹੈਗੀ ਹੈ ਭਾਵੇਂ ਉਹ ਸੈਂਟਰ ਗਵਰਨਮੈਂਟ ਹੋਵੇ ਜਾਂ ਸਟੇਟ ਗਵਰਨਮੈਂਟ ਹੋਵੇ ਆਪੋ ਆਪਣੇ ਖਜ਼ਾਨੇ ਤਾਂ ਭਰ ਰਹੀਆਂ ਨੇ ਸਿੱਧੀ ਜੀ ਮਾਰ ਜਿਹੜੀ ਹੈਗੀ ਹੈ ਆਮ ਲੋਕਾਂ ਤੇ ਪੈ ਰਹੀ ਹੈ ਔਰ ਆਮ ਲੋਕਾਂ ਦੀ ਫਿਕਰ ਜਿਹੜੀ ਹੈਗੀ ਕਿਸ ਨੂੰ ਕਿੰਨੀ ਹੈਗੀ ਹੈ ਝੂਠ ਸੱਚ ਬੋਲ ਕੇ ਕੀ ਕੁਝ ਸਾਬਿਤ ਕਰਨ ਦੀ ਕੋਸ਼ਿਸ਼ ਹੁੰਦੀ ਹੈ ਝੂਠ ਪਰੋਸ ਕੇ ਕੀ ਸਾਬਿਤ ਕਰਨ ਦੀ ਕੋਸ਼ਿਸ਼ ਹੁੰਦੀ ਹੈ ਉਹ ਤੱਥਾਂ ਦੇ ਆਧਾਰ ਤੇ ਜਦੋਂ ਗੱਲ ਸਾਹਮਣੇ ਆਉਂਦੀ ਹੈ ਤਾਂ ਉਹ ਸਾਰਾ ਝੂਠ ਜਿਹੜਾ ਹੈਗਾ ਉਹ ਬੇਨਕਾਬ ਹੋ ਜਾਂਦਾ ਹੈ ਅਜੇ ਵੀ ਸੈਂਟਰ ਗਵਰਨਮੈਂਟ ਹੁਣ ਆਉਣ ਵਾਲੇ ਦਿਨਾਂ ਵਿੱਚ ਕੀ ਕਰੇਗੀ ਇਹ ਸਵਾਲ ਹਜੇ ਵੀ ਬਰਕਰਾਰ ਹੈ ਅੱਜ ਦੇ ਲਈ ਇਹਨਾਂ ਇਜਾਜ਼ਤ ਦਿਓ ਧੰਨਵਾਦ